बेच रहे हो। ये किसान लीडर टैक्टर लेके बह गए, उन्होंने नहीं पता ही ते जो उन्होंने टैक्टर ले लिया तो हम जिमीदार किधर नु जान दसो। दिल्ली नु ट्रालियां सिद्धियां कीतियां सी, अज इधर करतियां की गल। ओ जी जिहड़े बड़े मूहरे लगे सी ओ तां हुण पहलां आ बेच गया कणक उहदी, जिवें तिन नु बेच गया जिहड़े जिन्ने वड्डे झंडे ला के तुरे फिरदे मूहरे। इत्थे कदे विरोध कीता सी अडानियां दा, अज इत्थे आ रहे हो। ਮੰਡੀਆਂ ਨੇੜੇ ਸਾਰੀਆਂ ਬੰਦ ਹੋ ਗਈਆਂ, ਇਸ ਕਰਕੇ ਸਾਨੂੰ ਇੱਥੇ ਫੇਰ ਆਉਣਾ ਪਿਆ। ਕਦੇ ਦਿੱਲੀ ਦੂਰ ਨਹੀਂ ਲੱਗੀ, ਅੱਜ ਮੋਗਾ ਦੂਰ ਲੱਗ ਰਿਹਾ। ਕਿ ਅਸੀਂ ਤਾਂ ਬੋਲ ਕੇ ਹਟ ਗਏ ਹਾਂ, ਇਦੂ ਬਿਹਤਰ ਆ ਵੀ ਉਹਨਾਂ ਦੇ ਨਾਲ ਹੀ ਤੁਰ ਪੋ, ਆਪਣੀ ਫਸਲ ਤਾਂ ਨਹੀਂ ਨਾ ਖਰਾਬ ਕਰਨੀ। ਇਹ ਤਾਂ ਕਿਸਾਨ ਦਾ ਵੈਰੀ ਹੋਇਆ ਪਿਆ। ਇਹ ਨਾਰਾ ਕਿਉਂ ਦਿੱਤਾ ਗਿਆ ਸੀ, ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ। ਵੀ ਕੀ ਕਰੀਏ ਹੁਣ, ਕਿੱਧਰ ਜਾਈਏ ਹੁਣ, ਵੀ ਆਪਣੇ ਉਹ ਜੇ ਸਰਕਾਰਾਂ ਉਹ ਜਿਹੀਆਂ ਵਾ, ਹੁਣ ਕੀ ਕਰੀਏ ਇਹ, ਕੀ ਕਰੀਏ ਜੀ। ਇੱਥੇ ਆਪਾਂ ਨੂੰ ਕਣਕ ਲਾਉਣੀ ਪੈਣੀ ਆ ਜੀ, ਹੁਣ ਕਿੱਥੇ ਮੰਡੀ ਕਿੰਨੀ ਖੱਜਲ ਖੁਆਰੀ ਹੁੰਦੀ ਆ, ਹੁਣ ਅਗਲੇ ਨੇ ਖੋਲ੍ਹੇ ਵੀ ਜਾਂਦਾ ਫਿਰ ਆ ਕੇ ਧਰਨਾ ਦਿਓ ਇੱਥੇ। ਜਿਹੜੀ ਮੰਡੀ 'ਚੋਂ ਕਣਕ ਵਿਕਰੀ ਗਈ ਉਹ ਵੀ ਉੱਥੇ ਜਾਣੀ ਆ, ਜਿਹੜੀ ਆ ਜਾਊਗੀ ਇਹ ਵੀ ਉੱਥੇ ਜਾਊਗੀ। ਉਹ ਅਡਾਨੀਆਂ ਨੂੰ ਗਾਲਾਂ ਕੱਢਦੇ ਸੀ, ਅੱਜ ਕੀ ਹੋ ਗਿਆ, ਉਦੋਂ ਕਿਉਂ ਗਾਲਾਂ ਕੱਢਦੇ ਸੀ। ਇੱਥੇ ਤਾਂ ਹੁਣ ਆਉਣਾ ਸੀ, ਇਹ ਕਿਹੜਾ ਉਹਨਾਂ ਦੀ, ਇਹ ਤਾਂ ਸਰਕਾਰ ਨੂੰ ਜਾਂਦੀ ਹੈ, ਅਤੇ ਅਸੀਂ ਤਾਂ ਸਰਕਾਰ ਨੂੰ ਵੇਚਦੇ ਸੀ, ਕਿਹੜਾ ਉਹਨਾਂ ਨੂੰ ਵੇਚਦੇ, ਜਦੋਂ ਸਿੱਧੀ ਉਹਨਾਂ ਨੂੰ ਜਾਊਗੀ ਅਸੀਂ ਨਹੀਂ ਵੇਚਾਂਗੇ। ਜੇ ਉਹਦੀ ਫਸਲ ਹੀ ਰੋਲਦੀ ਰਹੀ, ਘਰੇ ਤਾਂ ਹੈ ਨਹੀਂ ਆਪਣੇ ਕੋਲ ਸਟੋਰ ਕਰਨ ਨੂੰ, ਜੇ ਆਪਾਂ ਘਰੇ ਵੱਢ ਕੇ ਵੀ ਰੱਖ ਲਾਂਗੇ ਉਹਦਾ ਕੋਈ ਹੱਲ ਤਾਂ ਹੈ ਨਹੀਂ ਨਾ, ਜੇ ਤਾਂ ਹੱਲ ਵੀ ਹੋਵੇ ਨਾ। ਆਪਾਂ ਮਤਲਬ ਮੰਡੀ ਲੈ ਕੇ ਜਾਂਦੇ ਹਾਂ ਕਣਕ, ਉੱਥੇ ਜਾ ਕੇ ਆਪਣੀ ਸਫਾਈ ਤਲਾਈ ਸਾਰਾ ਕੁਛ ਪੈ ਕੇ ਉਹ ਵੀ ਇੱਥੇ ਆਉਣਾ, ਉਹੀ ਪੈਸੇ ਕੱਟੇ ਜਾਣੇ ਆ, ਜਦੋਂ ਉਹਨਾਂ ਨੇ ਇੱਥੇ ਲੈ ਕੇ ਆਉਣੇ ਆਪਾਂ ਸਿੱਧੀ ਵੇਚ ਦਿੰਦੇ ਹਾਂ। ਟਰੈਕਟਰ ਵੀ ਆਪਣਾ ਉੱਥੇ ਗਿਆ ਸੀ, ਇਹਦੇ ਦੋ ਤਿੰਨ ਗੇੜੇ ਅਸੀਂ ਦਿੱਲੀ ਦੇ ਲਾਏ ਆ, ਇਹੀ ਟਰੈਕਟਰ ਇੱਥੋਂ ਗਿਆ ਸੀ ਉੱਥੇ, ਟਰਾਲੀ ਆਪਣੀ ਘਰੇ ਆ। 30-32 ਜਥੇਬੰਦੀਆਂ ਸਾਰੀਆਂ ਗਈਆਂ ਨਾ, ਸਾਰਿਆਂ ਨੇ ਉਹਨਾਂ ਨੇ ਸਾਥ ਦਿੱਤਾ। ਇੱਥੇ ਅਗਰਾਹਾਂ ਦਾ 2 ਸਾਲ ਤੋਂ ਉੱਪਰ ਰਿਹਾ ਇੱਥੇ ਆਪਣਾ ਧਰਨਾ, ਕਿਉਂ ਬਈ ਹੁਣ ਕਿੱਥੇ ਚਲੀਆਂ ਗਈਆਂ ਜਥੇਬੰਦੀਆਂ। ਪ੍ਰੋ ਪੰਜਾਬ ਟੀਵੀ ਤੇ ਤੁਹਾਡਾ ਸਵਾਗਤ ਹੈ, ਮੈਂ ਹਾਂ ਸਿਮਰਨਜੀਤ ਸਿੰਘ। ਮੇਰੇ ਪਿੱਛੇ ਲਿਖਿਆ ਅਡਾਨੀ, ਤੁਸੀਂ ਪਹਿਲਾਂ ਵੀ ਪੜ੍ਹਿਆ ਹੋਊਗਾ, ਇਹ ਉਹ ਫਾਰਮ ਹੈ ਅਡਾਨੀਆਂ ਦਾ, ਸੈਲੋ ਆ ਪੰਜਾਬ ਦੇ ਵਿੱਚ ਡਗਰੂ ਦੇ ਵਿਖੇ, ਮੋਗਾ ਜ਼ਿਲ੍ਹੇ 'ਚ ਡਗਰੂ ਪੈਂਦਾ, ਉੱਤੇ ਅਸੀਂ ਖੜ੍ਹੇ ਹਾਂ। ਅਤੇ ਇੱਧਰ ਦੇਖ ਸਕਦੇ ਹੋ ਤੁਸੀਂ ਕਿਸਾਨ ਜਿਹੜੇ ਨੇ ਡਗਰੂ ਫਾਰਮ ਦੇ ਵਿੱਚ ਆਪਣੀ ਫਸਲ ਵੇਚ ਕੇ ਆ ਰਹੇ ਨੇ। ਇਹੀ ਟਰਾਲੀਆਂ ਕਦੇ ਦਿੱਲੀ ਨੂੰ ਗਈਆਂ ਸੀ ਅਤੇ ਇਹੀ ਟਰਾਲੀਆਂ ਅੱਜ ਆ ਰਹੀਆਂ ਨੇ। ਸੈਲੋ 'ਚੋਂ ਨਿਕਲ ਕੇ ਬਾਈ ਨਾਲ ਗੱਲਬਾਤ ਕਰਦੇ ਹਾਂ ਜੀ, ਅਤੇ ਇੱਧਰ ਦੇਖ ਸਕਦੇ ਹੋ ਤੁਸੀਂ ਇਹ ਟਰਾਲੀਆਂ ਜਿਹੜੀਆਂ ਨਿਕਲ ਕੇ ਆ ਰਹੀਆਂ ਨੇ ਸੈਲੋ ਦੇ ਵਿੱਚੋਂ, ਖਾਲੀ ਹੋ ਕੇ ਟਰਾਲੀਆਂ ਆ ਰਹੀਆਂ ਨੇ। ਮੇਰੇ ਪਿੱਛੇ ਤੁਸੀਂ ਦੇਖ ਸਕਦੇ ਹੋ ਅਡਾਨੀਆਂ ਦਾ ਸੈਲੋ ਆ, ਅਡਾਨੀਆਂ ਦਾ ਸੈਲੋ ਆ ਮੇਰੇ ਪਿੱਛੇ, ਅਤੇ ਇਹੀ ਸੈਲੋ ਜਿਹੜਾ ਆ ਇਸ ਦੇ ਅੱਗੇ ਹੀ ਧਰਨਾ ਲਾਇਆ ਸੀ, ਇਸੇ ਥਾਂ 'ਤੇ ਧਰਨਾ ਲੱਗਿਆ ਸੀ, ਅਸੀਂ ਵੀ ਕਵਰ ਕੀਤਾ ਸੀ ਇਸੇ ਥਾਂ ਦੇ ਉੱਤੇ ਆ ਕੇ ਜਦੋਂ ਕਿਸਾਨ ਵਿਰੋਧ ਕਰ ਰਹੇ ਸੀ। ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਆਖਿਰ ਕਿਸਾਨਾਂ ਦੇ ਨਾਲ। ਕਿੱਥੋਂ ਆਏ ਹੋ ਬਾਈ? ਚੱਕ ਤੋਂ ਇੱਥੇ ਹੀ ਧਰਨਾ ਲੱਗਿਆ ਸੀ, ਇੱਥੇ ਹੀ ਕਿਸੇ ਵੇਲੇ ਵਿਰੋਧ ਹੋਇਆ ਸੀ ਅਡਾਨੀਆਂ ਦਾ, ਅੱਜ ਇੱਥੇ ਆ ਰਹੇ ਹੋ? ਇਹ ਸਰਕਾਰ ਨੂੰ ਚਾਹੀਦਾ, ਸਰਕਾਰ ਇੱਥੇ ਸਟਾ ਰਹੀ ਹੈ। ਸਰਕਾਰ ਤਾਂ ਮੰਡੀਆਂ ਖੁੱਲੀਆਂ, ਮੰਡੀਆਂ 'ਚ ਨਹੀਂ ਸਟਾ ਰਹੀ, ਆੜਤੀਏ ਜਾਂਦੇ ਨਹੀਂ ਮੰਡੀਆਂ 'ਚ, ਆੜਤੀਏ ਨਹੀਂ ਜਾ ਰਹੇ। ਇਹ ਮੰਡੀਆਂ ਹੋਰ ਵੀ ਵੇਚ ਰਹੇ ਆ, ਮੇਰੇ ਦੋਸਤ ਮਿੱਤਰ ਸਾਰੇ ਸਾਡੇ ਵੀ ਸਾਰੇ ਉੱਧਰ ਹੀ ਵੇਚ ਰਹੇ, ਮੰਡੀਆਂ 'ਚ ਵਿਕ ਰਹੀ ਹੈ। ਮੰਡੀਆਂ 'ਚ ਨਹੀਂ, ਸਾਡੇ ਆੜਤੀਏ ਆਏ ਨਹੀਂ ਮੰਡੀਆਂ 'ਚ। ਕਿਹੜੀ ਥਾਂ 'ਤੇ? ਮੋਗਿਓ। ਕਹਿੰਦੇ ਮੋਗੇ ਮੰਡੀ 'ਚ ਆੜਤੀਏ, ਕਹਿੰਦੇ ਸਾਨੂੰ ਇੱਧਰ ਹੀ ਭੇਜ ਰਹੇ ਆ, ਕਹਿੰਦੇ ਆੜਤੀਏ ਨਹੀਂ ਆਏ। ਤਾਂ ਡਗਰੂ ਫਾਰਮ ਦੇ ਬਾਹਰ ਖੜ੍ਹੇ ਹਾਂ ਅਸੀਂ, ਅਤੇ ਦੇਖ ਸਕਦੇ ਹੋ ਤੁਸੀਂ ਟਰਾਲੀਆਂ ਕਿੰਨੀ ਵੱਡੀ ਗਿਣਤੀ, ਜਿਹੜਾ ਕਿਸਾਨ ਇੱਥੇ ਪਹੁੰਚੇ ਹੋਏ ਆ, ਜਿਹੜੀਆਂ ਟਰਾਲੀਆਂ ਕਦੇ ਦਿੱਲੀ ਗਈਆਂ ਸੀ, ਦਿੱਲੀ ਮੋਰਚੇ ਜਿਹੜੀਆਂ ਟਰਾਲੀਆਂ ਗਈਆਂ ਸੀ, ਜਿਹੜੇ ਟਰੈਕਟਰ ਦਿੱਲੀ ਮੋਰਚੇ 'ਚ ਗਏ ਸੀ, ਇਹ ਦੇਖ ਸਕਦੇ ਹੋ ਤੁਸੀਂ ਵੱਡੀ ਗਿਣਤੀ 'ਚ। ਅੱਗੇ ਆ ਕੇ ਦਿਖਾ ਦਿਓ, ਮੈਂ ਚਾਹੂੰਗਾ ਗੁਰਮੀਤ ਅੱਗੇ ਆ ਕੇ ਜ਼ੂਮ ਕਰਕੇ ਦਿਖਾ ਦਿਓ ਸਾਡੇ ਦਰਸ਼ਕਾਂ ਨੂੰ ਕਿ ਕਿੰਨੀ ਵੱਡੀ ਗਿਣਤੀ ਜਿਹੜੇ ਕਿਸਾਨ ਨੇ ਇੱਥੇ ਪਹੁੰਚੇ ਹੋਏ ਨੇ। ਇਸੇ ਥਾਂ 'ਤੇ ਕਦੇ ਵਿਰੋਧ ਹੋਇਆ ਸੀ ਅਡਾਨੀਆਂ ਦਾ, ਵਿਰੋਧ ਹੋਇਆ ਸੀ ਇਸੇ ਥਾਂ ਦੇ ਉੱਤੇ, ਕਾਰਪੋਰੇਟਸ ਦਾ ਜਿਹੜਾ ਵਿਰੋਧ ਹੋਇਆ ਸੀ, ਇੱਧਰ ਕਿਸਾਨ ਵੀ ਖੜ੍ਹੇ ਹੋਏ ਆ, ਗੱਲਬਾਤ ਇਹਨਾਂ ਦੇ ਨਾਲ ਕਰਦੇ ਹਾਂ। ਸਤਿ ਸ਼੍ਰੀ ਅਕਾਲ ਬਾਈ, ਕਿੱਥੋਂ ਆਏ ਹੋ ਬਾਈ? ਮੰਗੇ ਵਾਲੇ ਤੋਂ। ਮੰਗੇ ਵਾਲੇ ਤੋਂ ਇਸੇ ਥਾਂ 'ਤੇ ਧਰਨਾ ਲੱਗਿਆ ਸੀ, ਪੰਜਾਬ ਦੇ ਕਿਸਾਨ ਅਡਾਨੀਆਂ ਦਾ ਵਿਰੋਧ ਕਰ ਰਹੇ ਸੀ। ਅੱਜ ਲੋਕ ਕਹਿ ਰਹੇ ਆ, ਬੀਜੇਪੀ ਕਹਿ ਰਹੀ ਆ ਕਿ ਸਾਡਾ ਵਿਰੋਧ ਕੀਤਾ ਗਿਆ 3 ਕਾਨੂੰਨਾਂ ਨੂੰ ਲੈ ਕੇ, ਉੱਥੇ ਹੀ ਅੱਜ ਕਿਸਾਨ ਖੜ੍ਹੇ ਆ। ਇਹ ਜੀ ਕਿਰਾਏ 'ਤੇ ਲਿਆ ਜੀ, ਮੰਨ ਲਓ ਕਿਰਾਏ 'ਤੇ ਜੋ ਚੀਜ਼ ਲੈ ਲਈ ਉਹ ਲੈ ਚੱਲ ਜਾਂਦੀ, ਜੇ ਕਿਰਾਇਆ ਨਹੀਂ ਦਿੱਤਾ ਉਹਨਾਂ ਨੇ ਤਾਂ ਨਹੀਂ ਚੱਲਿਆ। ਇਹ ਕਿਰਾਏ ਦੇ ਕਰਕੇ ਇਹ ਕੰਮ ਚੱਲਿਆ, ਪਹਿਲਾਂ ਬੰਦ ਹੋ ਗਿਆ 1 ਸਾਲ, ਪਹਿਲਾਂ ਵੀ ਚੱਲੀ ਆ 1 ਸਾਲ ਬੰਦ ਹੋ ਗਿਆ, ਇਸ ਕਰਕੇ ਅੱਜ ਫਿਰ ਇਸ ਮੋੜ 'ਤੇ ਖੜ੍ਹੇ।
किसान कहते फिर यह नारा क्यों दिता गया? कई जड़े किसान लीडर जगजीत सिंह डल्लेवाल का बयान आया पिछले दिन कि किसानों उत्थे जाना नहीं चाहिए जोड़े किसान जा रहे हैं, यह नारा क्यों दिता गया किसान मजदूर एकता जिंदाबाद? कई मंडी टोली बाई चलती है वह भी बंद हो गई, मंडिया नेड़े सारिया बंद हो गई, इस करके सू इतें फिर आना पाया। मंडी विक रही है कणक नहीं इतनी बंद हो रही है, डोली भाई बंद हो रही है, डोली भाई बंद, डोली भाई बंद है, सोसर भाई बंद है, तो जेडे लोकल मंडिया सारे बंद है। सानू इस करके मोगे जाना पैंदा, मोगे वाट बहुत पै रही है, इतने सू नेड़े करके थोड़ा सौखा भी है, ऐतकी इन्होंने किराए से ले लिया तो इतने काम चल। जो कह रहे हैं कि 700 किसानों की शहीदी होगी उत्थे बैठिया की, अज वाट ज़्यादा लग रही है, कहते दिल्ली दूर नहीं लगी, अज मोगा दूर लग रहा? नहीं वो उत्थे भी जा रहे हैं, अभी तो उत्थे भी गए हैं, दिल्ली भी जा रहे हैं, उदो उत्थे दिल्ली गए उत्थे भी रहे, महला साढ़े ट्राले उत्थे खड़े रहे हैं, तो अज एक कानून कहते वापस ले लिया जी, इतने शुरू करता है बीजेपी इतने बह के कहते विरोध किया किसी दिन, इस इतने तो धरना लगे याद? हाँ जी लगा जी, अभी तो सू लोग सू तो पता ही है धरना लगा जी इतने जी, ਤਾਂ ਕਰਕੇ ਫਿਰ ਇਹਦਾ ਹੀ ਵਿਰੋਧ ਕਰ ਰਹੇ ਸੀ ਐਸਸੀ ਸੈਲੋ ਦਾ ਅਡਾਨੀ ਦੇ, ਅੱਜ ਕਿਉਂ ਆ ਗਏ ਇੱਥੇ? ਇਹਦਾ ਹੀ ਕਹਿੰਦੇ ਕਿਰਾਏ 'ਤੇ ਲਿਆ ਸਾਨੂੰ, ਅੱਜ ਕਿਰਾਏ ਉਦੋਂ ਨਹੀਂ ਸੀ ਪਤਾ ਕਿਰਾਏ 'ਤੇ ਲਿਆ? ਨਹੀਂ ਉਦੋਂ ਨਹੀਂ ਪਤਾ ਜੀ, ਹੁਣ ਸਾਨੂੰ ਪਤਾ ਕਿ ਕਿਰਾਏ 'ਤੇ ਲਿਆ, ਸਾਨੂੰ ਦੱਸ ਰਹੇ ਆ ਵੀ ਕਿਰਾਏ 'ਤੇ ਐਤਕੀ, ਅਤੇ ਐਤਕੀ ਕੋਈ ਚੱਕਰ ਨਹੀਂ, ਕਿਰਾਏ ਕਿਰਾਇਆ ਭਰਨਾ ਸਰਕਾਰ ਨੂੰ ਆਪੇ ਭਰੀ ਜਾਣਗੇ ਕਿਰਾਏ ਦੇ, ਮਤਲਬ ਕਿ ਆਪਾਂ ਤਾਂ ਆਉਣਾ, ਮਤਲਬ ਸਾਨੂੰ ਇਹ ਪੈ ਗਿਆ। ਪਿੰਡ 'ਚੋਂ ਕਿੰਨੀਆਂ ਟਰਾਲੀਆਂ ਆਈ? ਸਾਰਾ ਪਿੰਡ ਹੀ, ਸਾਰਾ ਪਿੰਡ, ਹਾਂਜੀ ਸਾਰਾ ਪਿੰਡ, ਲੌਂਗੋ ਦੇ ਤੱਕ ਘੱਲ ਸਾਰੇ ਏਰੀਆ, ਮੰਨ ਲਓ ਹੋਊਗਾ 50 ਕੁ ਪਿੰਡ ਹੋਣਗੇ ਇੱਥੇ ਆ ਰਹੇ ਅੱਜ। ਕਦੇ ਤਾਂ ਪਿੰਡਾਂ ਦੇ ਉੱਤੇ ਸਾਰੇ ਘਰਾਂ 'ਚ ਝੰਡੇ ਲੱਗ ਗਏ ਸੀ, ਹਾਂਜੀ ਭਾਰਤੀ ਕਿਸਾਨ ਯੂਨੀਅਨ ਦੇ, ਕਿਸੇ ਦੇ ਸਿੱਧੂਪੁਰ ਦਾ, ਕਿਸੇ ਦੇ ਰਾਜੇਵਾਲ ਦਾ, ਕਿਸੇ ਦੇ ਅਗਰਾਹਾਂ ਦਾ, ਕਿਸੇ ਦੇ ਕੋਈ, ਅੱਜ ਕੀ ਹੋ ਗਿਆ? ਅੱਜ ਵੀਰੇ ਕਿਰਾਇਆ ਕਹਿੰਦੇ ਅਸੀਂ ਉੱਥੇ ਜਾ ਰਹੇ ਹਾਂ, ਮੋਗੇ ਵੀ ਜਾ ਰਹੇ ਹਾਂ, ਅਸੀਂ ਪਿਛਲੀ ਵਾਰ ਸਾਰੀ ਮੋਗੇ ਕਣਕ ਵਿੱਚ ਹੀ ਹੈ। ਐਤਕੀ ਕੀ ਹੋ ਗਿਆ? ਐਤਕੀ ਕਹਿੰਦੇ ਵੀ ਇੱਥੇ ਕਹਿੰਦੇ ਵੀ ਕਿਰਾਇਆ 'ਤੇ ਲਿਆ, ਤੁਸੀਂ ਇੱਥੇ ਲਾਓ, ਇੱਥੇ ਆਓ, ਅਤੇ ਇੱਥੇ ਸਾਨੂੰ ਸ਼ੁਰੂ ਕਰਤਾ ਕਹਿੰਦੇ। ਯਾਦ ਨਹੀਂ ਆਉਂਦਾ, ਦਿੱਲੀ ਨਹੀਂ ਯਾਦ ਆਉਂਦੀ, ਕਿਸਾਨ ਨਹੀਂ ਯਾਦ ਆਉਂਦੇ ਲੋਕ ਕਹਿ ਰਹੇ ਆ। ਹਾਂਜੀ ਹਾਂਜੀ, ਉਹ ਤਾਂ ਆਉਂਦੇ ਆ ਜੀ, ਉਹ ਗੱਲ ਤਾਂ ਹੈਗੀ ਹੈ, ਇਹ ਤਾਂ ਹੋਏਗਾ ਹੀ ਹੈ, ਵੀ ਉਹ ਯਾਦ ਤਾਂ ਉਹ ਗੱਲਾਂ ਭੁੱਲਦਾ ਨਹੀਂ ਬੰਦਾ ਜੀ। ਉਦੋਂ ਅਡਾਨੀਆਂ ਨੂੰ ਗਾਲਾਂ ਕੱਢਦੇ ਸੀ, ਅੱਜ ਕੀ ਹੋ ਗਿਆ? ਉਦੋਂ ਕਿਉਂ ਗਾਲਾਂ ਕੱਢਦੇ ਸੀ? ਅਤੇ ਕੀ ਸਾਨੂੰ ਕਹੇ ਕਹਿੰਦੇ ਵੀ ਕਿਰਾਇਆ ਮਿਲਦਾ ਸਾਨੂੰ, ਵੀ ਸਾਨੂੰ ਕਿਰਾਏ 'ਤੇ ਤੁਸੀਂ ਇੱਥੇ ਆਓ, ਜਿਵੇਂ ਮੰਨ ਲਓ ਅੱਗੇ ਨੂੰ ਟਰੱਕ 'ਤੇ ਲਿਆਉਣਾ ਪੈਂਦਾ ਸੀ, ਐਤਕੀ ਜਿਵੇਂ ਮੰਨ ਲਓ ਸਾਡਾ ਤੇਲ ਆਪਦਾ ਲੱਗੀ ਜਾਂਦਾ, ਅਤੇ ਇਹਨਾਂ ਨੂੰ ਇਹ ਹਜੇ ਵੀ ਫਾਇਦਾ ਕਰਕੇ ਜੀ। ਕਿਹਨਾਂ ਦਾ ਫਾਇਦਾ ਕਰਕੇ? ਇਹ ਵੇਖੋ ਕਿਸਾਨਾਂ ਦਾ, ਸਾਨੂੰ ਫਾਇਦਾ ਇਹ ਆ ਵੀ ਤੇਲ ਤਾਂ ਪੱਲੇ ਲੱਗੀ ਜਾਂਦਾ, ਜਿਵੇਂ ਮੰਨ ਲਾ ਸਾਨੂੰ ਇੱਥੇ ਟੁੱਲੀ ਭਾਈ ਮੰਡੀ ਹੈ, ਥੋੜ੍ਹੀ ਵੱਟ ਹੈ ਸਾਨੂੰ, ਉੱਥੇ 4-5 ਕਿਲੋਮੀਟਰ ਵੱਟ ਪੈ ਰਹੀ ਹੈ, ਉੱਥੇ 4-5 ਕਿਲੋਮੀਟਰ ਪੈ ਕੇ ਅਤੇ ਸਾਡੇ ਦਾ 4 ਗੇੜੇ ਲੱਗਦੇ, ਇੱਕ ਟੈਂਕੀ ਜਾਂਦਾ ਇੱਥੇ, ਮੰਨ ਲਓ 10 ਲੀਟਰ 15 ਅਜੇ ਵੀ ਖਾ ਜਾਂਦਾ, ਸਾਨੂੰ ਨੇੜੇ ਤਾਂ ਸੌਖਾ, ਪਰ ਮੰਡੀਆਂ ਬੰਦ ਹੋ ਗਈਆਂ, ਮੰਡੀ ਮੋਗਾ ਚੱਲ ਰਹੀ ਹੈ, ਮੰਨ ਲਓ ਤੁਸੀਂ ਕਿਸੇ ਵੀ ਮੰਡੀ ਵੀ ਕਰ ਲਓ, ਜੇ ਕੋਈ ਵੀ ਮੰਡੀ ਨਹੀਂ ਚੱਲ ਰਹੀ, ਮੰਨ ਲਓ ਸਾਨੂੰ ਟੋਲੀ ਪਾਈ ਹੈ ਲੋਕਲ, ਸੋਸਣ ਲੋਕਲ, ਸਾਡੇ ਪਿੰਡ ਵਿੱਚ ਵੀ ਮੰਡੀ ਹੈ ਉਹ ਵੀ ਲੋਕਲ, ਪਰ ਨਹੀਂ ਯਾਰ ਕਿ ਸਾਨੂੰ ਮੋਗੇ ਜਾਣਾ ਪਿਆ, ਮੋਗੇ ਉਹ ਕਹਿੰਦੇ ਵੀ ਇੱਥੇ ਲਾ ਦਿਓ, ਅਸੀਂ ਕਿਹਾ ਇੱਥੇ ਲਾ ਦਿੰਦੇ, ਆਹ ਗੱਲ ਹੋਈ। ਤਾਂ ਵੱਖ ਵੱਖ ਜਿਹੜੇ ਆ ਰੈਫਰੈਂਸ ਦਿੱਤੇ ਜਾ ਰਹੇ ਆ, ਇੱਧਰ ਟਰਾਲੀਆਂ ਦੇਖ ਸਕਦੇ ਹੋ ਤੁਸੀਂ, ਅੱਗੇ ਆ ਜਾਓ ਦਿਖਾ ਦਿਓ, ਇੱਧਰ ਵੀ ਇੱਕ ਵੀਰ ਖੜੇ ਹੋਏ, ਇਹਨਾਂ ਨਾਲ ਵੀ ਗੱਲਬਾਤ ਕਰਦੇ ਹਾਂ। ਕੀ ਹਾਲ ਆ ਵੀਰੇ, ਠੀਕ ਹੋ? ਹਾਂਜੀ ਬਾਈ ਜੀ, ਕਿੱਥੋਂ ਆਏ ਹੋ? ਅਸੀਂ ਬਾਈ ਜੀ ਦੱਦਾ ਘਰੋਂ ਆਏ। ਕਿੱਥੇ ਰਹਿ ਜਾਂਦਾ ਪਿੰਡ ਇਹ? ਆਪਣੇ ਟਰੋਲੀ ਭਾਈ ਦੇ ਨਾਲ ਰਹੇ। ਹਾਂਜੀ ਹਾਂਜੀ, ਅਤੇ ਅਸੀਂ ਵੇਖ ਰਹੇ ਸੀ ਇੰਨੀ ਵੱਡੀ ਗਿਣਤੀ 'ਚ ਪਿੱਛੇ ਟਰੈਕਟਰ ਖੜੇ ਹੋਏ ਆ, ਦਿਖਾ ਦਿਓ ਇੱਕ ਵਾਰ ਗੁਰਮੀਤ, ਅੱਗੇ ਦਿਖਾ ਦਿਓ ਹੈ ਨਾ, ਗੱਲਬਾਤ ਜਾਰੀ ਰੱਖਦੇ ਹਾਂ ਆਪਾਂ ਬਾਈ ਨਾਲ, ਦਿਖਾ ਦਿਓ ਜ਼ੂਮ ਕਰਕੇ ਦਿਖਾ ਦਿਓ ਇੱਥੋਂ। ਇਹੀ ਟਰੈਕਟਰ ਕਦੇ ਦਿੱਲੀ ਗਏ ਸੀ ਕਿਸਾਨ ਮੋਰਚੇ ਦੇ ਵਿੱਚ, ਇਸੇ ਥਾਂ 'ਤੇ ਵਿਰੋਧ ਕਰ ਰਹੇ ਸੀਗੇ ਕਿਸਾਨ ਅਡਾਨੀਆਂ ਦਾ, ਅੱਜ ਕੀ ਹੋ ਗਿਆ? ਹਾਂਜੀ ਵੀਰੇ, ਮੇਰੀ ਗੱਲ ਸੁਣੋ, ਇੱਥੇ ਨਾ ਪਹਿਲੀ ਗੱਲ ਤਾਂ ਕਿਸਾਨ ਕਿਸਾਨ ਦਾ ਵੈਰੀ ਹੋਇਆ ਪਿਆ, ਸਹੀ ਹੈ ਨਾ? ਹੁਣ ਜੇ ਮੈਂ ਕਹਿੰਦੇ ਹਾਂ ਵੀ ਮੈਂ ਟਰੈਕਟਰ ਮੂਹਰੇ ਲਾਉਣਾ, ਠੀਕ ਹੈ, ਇੱਥੇ ਵਿਰੋਧ ਕਰਨ ਵਾਲੇ ਆਪਣੇ ਕਿਸਾਨ ਵੀਰ ਹੀ ਮੂਹਰੇ ਹੋ ਜਾਣੇ ਆ। ਤੁਹਾਨੂੰ ਆਪਣਾ ਦਿੱਲੀ ਦਾ ਦੱਸਦੇ ਹਾਂ, ਅਸੀਂ ਦਿੱਲੀ ਪਹਿਲੇ ਦਿਨ ਤੋਂ ਹੀ ਅਸੀਂ ਉੱਥੇ ਗਏ ਹਾਂ, ਧਰਨਾ ਲਾਇਆ ਆਪਣਾ, ਅਤੇ ਅਸੀਂ ਪਿੰਡੋਂ ਅਸੀਂ 10-12 ਮੁੰਡੇ ਤੁਰੇ ਹੋਵਾਂਗੇ, ਅਸੀਂ ਚਲੋ ਪਿੰਡ ਵਾਲਿਆਂ ਨੂੰ ਸਾਰਿਆਂ ਨੂੰ ਬੇਨਤੀ ਕੀਤੀ ਬਈ ਆਪਾਂ ਸਾਰੇ ਕਿਸਾਨ ਵੀਰ ਹਾਂ, ਵੀ ਆਪਣੇ ਸਾਰਿਆਂ ਲਈ ਆ ਅਤੇ ਮਜ਼ਦੂਰਾਂ ਲਈ ਵੀ ਆਪਣਾ ਹੱਕ ਬਣਦਾ, ਹੈ ਨਾ ਜੀ? ਅਸੀਂ ਗਏ ਅਤੇ ਅਸੀਂ ਪਿੰਡ ਦੇ ਵਿੱਚ ਵੈਰ ਪਾਲਿਆ, ਜਿਹੜੇ ਜ਼ਿਮੀਂਦਾਰ ਕਿਸਾਨ ਵੱਡੇ ਸੀਗੇ, ਵੱਡੇ ਘਰਾਂ ਦੇ ਸੀਗੇ, ਜਿਹੜੇ ਨੋਰਮਲ ਸੀ ਉਹ ਤਾਂ ਚਲੋ ਪਹਿਲੇ ਦਿਨ ਤੋਂ ਹੀ ਚਲੇ ਗਏ, ਜਿਹੜੇ ਵੱਡੇ ਕਿਸਾਨ ਸੀਗੇ ਹੈ ਨਾ ਉਹ ਚਲੇ ਗਏ, ਅਤੇ ਜਦੋਂ ਆ ਗਏ ਅਸੀਂ ਪਿੰਡ ਵਾਰੀਆਂ ਬੰਨਣ ਲੱਗੇ, ਚਲੋ ਜੇ ਨਹੀਂ ਜਾਣਾ ਸੀਗਾ, ਚਲੋ ਵੱਡੇ ਜ਼ਿਮੀਂਦਾਰਾਂ ਨੇ ਬਈ ਖਰਚਾ ਹੁੰਦਾ ਉੱਥੇ ਹੈ ਨਾ, ਵੀ ਤੁਸੀਂ ਖਰਚਾ ਦੇ ਦਿਆ ਕਰੋ, ਖਰਚਾ ਪਹਿਲਾਂ ਇੱਕ ਇੱਕ ਵਾਰੀ ਦੇ ਦਿੱਤਾ, ਮੁੜ ਕੇ ਰੌਲਾ ਪਾ ਲਿਆ। ਇਹ ਇੰਟਰਨਲ ਗੱਲਾਂ, ਉੱਥੇ ਜਾਂਦੇ ਰਹੇ ਹੋ ਹੈ ਨਾ ਸਾਰੇ, ਪਰ ਇੱਥੇ ਵੀ ਧਰਨਾ ਲੱਗਿਆ ਸੀ, ਮੈਂ ਖੁਦ ਕਵਰ ਕਰਕੇ ਗਿਆ ਇੱਥੇ, ਅਤੇ ਇੱਥੇ ਕਦੇ ਇੱਥੇ ਬੈਠੇ ਹੁੰਦੇ ਸੀ ਅਡਾਨੀਆਂ ਦਾ ਵਿਰੋਧ ਕਰ ਰਹੇ ਸੀ, ਫਿਰ ਅੱਜ ਕੀ ਹੋ ਗਿਆ? ਮੇਰੀ ਗੱਲ ਤਾਂ ਸੁਣੋ, ਮੈਂ ਉਹੀ ਆਉਣਾ ਨਾ, ਅਸੀਂ ਪੂਰੇ ਡਟੇ ਰਹੇ ਉਦੋਂ, ਠੀਕ ਹੈ ਜੀ, ਜਦੋਂ ਹੁਣ ਪਿੰਡੋਂ ਆਪਾਂ ਨੂੰ ਮੰਨ ਲਓ ਜੇ 10 ਰਹਿ ਗਏ ਵਿੱਚੋਂ, 50 ਘਰ ਭੱਜ ਗਏ, ਹੁਣ ਉਹ 50 ਘਰ ਤਾਂ ਆਪਣੇ ਵਿਰੋਧੀ ਬਣ ਗਏ ਨਾ, ਅਸੀਂ ਅਗਰਾਹਾਂ ਗਰੁੱਪ ਦੇ ਨਾਲ ਜੁੜੇ ਹੋਏ ਸੀਗੇ, ਠੀਕ ਹੈ ਜੀ, ਅਸੀਂ ਪੂਰੇ ਐਂਡ ਤੱਕ ਡਟੇ ਰਹੇ ਉੱਥੇ, ਚਲੋ ਉੱਥੋਂ ਧਰਨਾ ਪੱਟਿਆ ਗਿਆ, ਅਸੀਂ ਵਾਪਸ ਆ ਗਏ,
ठीक है जी। मुड़ के अग्राहां ने ग्रुप ने साडे नाल वेखो किन्नी चंगी कीती, असी मुड़ तक रहे सार रहे उत्थे, उस तो बाद जिन्हां ने सानू जवाब दिता सी बेसी जाना नहीं असी मोदी भगतां जां कोई भी आ, उन्हां नू आके उन्हां दी कमेटी चौंती सानू पुछया भी नहीं भी थोड़ी जिहड़ी पहलां वाली कमेटी आ ਬਈ ਤੁਸੀਂ ਦੱਸੋ ਤੁਸੀਂ ਕੀ ਚਾਹੁੰਦੇ ਹੋ ਵੀ ਆ ਕੇ ਸਾਨੂੰ ਪੁੱਛਦੇ ਉਹਨਾਂ ਨੇ ਚੌਂਤੀ ਇੰਟਰਨਲ ਜਿਹੜੀਆਂ ਗੱਲਾਂ ਨੇ ਜਾਂ ਜਿਹੜੇ ਉੱਥੇ ਜਿਹੜੇ ਇਨੋਸੈਂਟ ਕਿਸਾਨ ਬੈਠੇ ਸੀ ਜਿਹੜੇ ਕਿਸਾਨ ਸ਼ਹੀਦ ਹੋ ਗਏ ਉਹ ਯਾਦ ਨਹੀਂ ਆਉਂਦੇ? ਮੇਰੀ ਗੱਲ ਤਾਂ ਸੁਣੋ, ਸਾਰੇ ਯਾਦ ਆਉਂਦੇ ਆ। ਹੁਣ ਸੱਤ ਦੇ ਪਿੰਡ ਤੋਂ 4 ਕਿਲੋਮੀਟਰ ਵਾੜ ਤੇ ਮੰਡੀ ਆ, ਉੱਥੇ ਕੋਈ ਲੇਬਰ ਹੀ ਹੈ ਨਹੀਂ ਅਕਸਰ, ਫਿਰ ਮੋਗਾ ਮੰਡੀ ਚੱਲ ਰਹੀ ਹੈ, ਮੋਗਾ ਮੰਡੀ 'ਚ ਵੀ ਲੇਬਰ ਹੈ ਨਹੀਂ, ਲੇਬਰ ਦੀ ਘਾਟ ਚੱਲ ਰਹੀ ਆ, ਠੀਕ ਹੈ ਨਾ, ਕਿਉਂਕਿ ਇਹ ਸਾਰੀਆਂ ਰਲੀਆਂ ਮਿਲੀਆਂ ਭੁਗਤਾਂ ਚੱਲ ਰਹੀਆਂ। ਹੁਣ ਮੈਂ ਤੁਸੀਂ ਕੈਮਰਾ ਲੈ ਕੇ ਚੱਲੋ, ਮੈਂ ਰਸਤਾ ਬਲੌਕ ਕਰਦਾ, ਠੀਕ ਆ। ਅਕਸਰ ਜਥੇਬੰਦੀਆਂ ਨੂੰ ਤਾਂ ਦੀਂਦਾ, ਪਹਿਲਾਂ ਤਾਂ ਕਦਮ ਉਹਨਾਂ ਨੇ ਚੱਕਣਾ, ਉਹ ਆ ਕੇ ਇੱਥੇ 4 ਬੰਦੇ ਆਉਣ, ਧਰਨਾ ਲਾਉਣ, ਅਸੀਂ ਨਾਲ ਸਾਥ ਦਵਾਂਗੇ। ਜਥੇਬੰਦੀਆਂ ਨਾਲ ਨਹੀਂ ਸੀਗੇ ਪਹਿਲਾਂ? ਅਸੀਂ ਨਾਲ ਆ ਨਾ, ਮੈਂ ਟਰੈਕਟਰ ਲੈ ਕੇ ਚੱਲਦਾ, ਤੁਸੀਂ ਹੁਣ ਮੇਰੇ ਨਾਲ ਕੈਮਰਾ ਲੈ ਕੇ ਚੱਲਿਓ, ਤੁਹਾਨੂੰ 20 ਮਿੰਟ 'ਚ ਪਤਾ ਲੱਗ ਜੂ ਇੱਥੇ ਕਿਸਾਨ ਕਿਸਾਨ ਦਾ ਵੈਰੀ ਹੋਇਆ ਪਿਆ। ਅਗਰ ਇਹਨੂੰ ਹਰੇਕ ਨੂੰ ਜਲਦੀ ਹੋਈ ਵੀ ਆ ਵੀ ਤੂੰ ਕਿਉਂ ਕਰ ਰਿਹਾ, ਫਿਰ ਉਹਨਾਂ ਦੇ ਵਿੱਚ ਆਪਾਂ ਵੀ ਆ ਗਏ। ਅਗਲਾ ਕਹਿੰਦਾ ਵੀ ਹਰੇਕ ਨਾਲ ਵੈਰ ਕਾਹਤੋਂ ਪਾਉਣਾ, ਹੁਣ ਇੱਥੇ ਮੈਂ ਤੁਹਾਡੇ ਨਾਲ ਸਾਹਮਣੇ ਟਰੈਕਟਰ ਲਾ ਦੇਣਾ ਆਪਣੇ ਰੋਡ 'ਤੇ, ਰੋਡ ਜਾਮ ਕਰ ਦੇਣਾ, ਠੀਕ ਆ। ਤੁਸੀਂ 10 ਮਿੰਟਾਂ 'ਚ ਜਦ ਵੇਖ ਲਿਓ ਵੀ ਇੱਥੇ ਕਿਸਾਨ ਦਾ ਕਿਸਾਨ ਹੀ ਵੈਰੀ ਹੋ ਗਿਆ, ਫਿਰ ਇੱਕ ਬੰਦਾ ਕੀ ਕਰੂਗਾ ਉੱਥੇ? ਹੁਣ ਨਾਲ ਆ ਕੇ ਸਾਥ ਦੇਣ, ਸਾਰੇ ਸਾਥ ਦੇਣਗੇ, ਠੀਕ ਹੈ, ਕਿਉਂਕਿ ਅੱਜ ਤਾਂ ਪਿੰਡ ਦੇ ਵਿੱਚ ਪਹੁੰਚ ਨਹੀਂ ਕੀਤੀ, ਤੁਸੀਂ ਨਹੀਂ ਪਹੁੰਚ ਕੀਤੀ, ਤੁਸੀਂ ਤਾਂ ਆਪ ਇੱਥੇ ਆ ਕੇ ਖੜੇ ਹੋ। ਮੇਰੀ ਗੱਲ ਸੁਣੋ, ਪਹੁੰਚ ਕੀਤੀ ਆ, ਮਜਬੂਰੀ ਨੂੰ ਕਰਨੀ ਪੈਂਦੀ ਆ। ਹੁਣ ਮੰਨ ਲਓ ਅਸੀਂ 70-80 ਕਿੱਲੇ ਆਪਾਂ ਠੇਕੇ 'ਤੇ ਲੈ ਲਏ, ਕਿਸੇ ਨੇ 100 ਲੈ ਲਿਆ, ਕਿਸੇ ਨੇ 50 ਲੈ ਲਏ, ਜੇ ਉਹਦੀ ਫਸਲ ਹੀ ਰੋਲਦੀ ਰਹੀ, ਘਰੇ ਤਾਂ ਹੈ ਨਹੀਂ ਆਪਣੇ ਕੋਲ ਸਟੋਰ ਕਰਨ ਨੂੰ, ਜੇ ਆਪਾਂ ਘਰੇ ਵੱਢ ਕੇ ਵੀ ਰੱਖ ਲਾਂਗੇ ਉਹਦਾ ਕੋਈ ਹੱਲ ਤਾਂ ਹੈ ਨਹੀਂ ਨਾ, ਜਾਂ ਤਾਂ ਹੱਲ ਵੀ ਹੋਵੇ ਨਾ। ਬਾਕੀ ਪੁਰਾਣੇ ਵਿਕ ਰਹੀ ਹੈ, ਕੋਟਕਪੁਰੇ ਵਿਕ ਰਹੀ ਹੈ, ਸਾਰੇ ਵਿਕ ਰਹੀ ਹੈ, ਮੰਡੀਆਂ 'ਚ ਵਿਕ ਰਹੀ ਹੈ, ਵਿਕ ਰਹੀ ਹੈ। ਜੇ ਆਪਾਂ ਹੁਣ ਇੱਥੋਂ 20 ਕਿਲੋਮੀਟਰ ਵੱਟ ਚੱਲ ਕੇ ਜਾਵਾਂਗੇ, ਠੀਕ ਹੈ ਕਿ ਨਹੀਂ, 20 ਕਿਲੋਮੀਟਰ ਵੱਟ ਚੱਲ ਕੇ ਜਾਵਾਂਗੇ, ਪਹਿਲੀ ਗੱਲ ਤਾਂ ਹੁਣ ਸਾਧਨਾਂ ਦੀ ਕਮੀ ਹੋਈ ਪਈ ਆ, ਜਾਂ ਤਾਂ ਆਪਣੇ ਜਿਹੜੀ ਨੇੜੇ ਮੰਡੀ ਸੀ 4 ਕਿਲੋਮੀਟਰ ਵੱਟ 'ਤੇ, ਜੇ ਉਹ ਚੱਲਦੀ ਹੁੰਦੀ ਅਸੀਂ ਉੱਥੇ ਲੈ ਕੇ ਜਾਂਦੇ। ਹੁਣ ਮੋਗੇ ਜਾਵਾਂਗੇ, ਮੋਗੇ ਖਰਚਾ ਕਿੰਨਾ ਪੈਂਦਾ, ਪਹਿਲਾਂ ਹੀ ਆਪਣੇ ਝਾੜ ਘੱਟ ਰਿਹਾ, ਖਰਚਾ ਕਿੰਨਾ ਪੈਂਦਾ, ਮੁੜ ਕੇ ਟਰਾਲਿਆਂ ਦੀ ਕਮੀ ਰਹਿੰਦੀ ਆ, ਠੀਕ ਹੈ ਕਿ ਨਹੀਂ। ਜੇ ਸਾਰੇ ਸਾਥ ਦੇਣਗੇ, ਸਾਰਿਆਂ ਦੇ ਨਾਲ ਅਸੀਂ ਵੀ ਹੈਗੇ ਹਾਂ, ਠੀਕ ਹੈ। ਹੁਣ ਮੈਂ ਤੁਹਾਡੇ ਨਾਲ ਇੰਟਰਵਿਊ ਦੇਣ ਨੂੰ ਮੈਂ ਪਾਸੇ ਹੋ ਜਾਂਦਾ, ਠੀਕ ਹੈ ਜੀ, ਪਰ ਬੋਲਣਾ ਤਾਂ ਪੈਣਾ ਨਾ। ਤੁਸੀਂ ਹੁਣ ਮੇਰੇ ਨਾਲ ਚੱਲ ਵੜੋ, ਮੈਂ ਹੁਣੇ ਟਰਾਲੀ ਮੂਹਰੇ ਲਾਉਣਾ, ਮੈਂ ਹੁਣ ਕਹਿੰਦਾ ਬਈ ਮੈਂ ਲਾਉਣਾ, ਇੱਥੇ ਤੁਸੀਂ ਦੇਖ ਲਿਓ ਵੀ ਕੌਣ ਸਾਥ ਦਿੰਦਾ ਕੌਣ ਨਹੀਂ, ਕਿਉਂਕਿ ਅੱਜ ਤਾਂ ਬੋਲ ਕੇ ਹਟ ਗਏ ਹਾਂ, ਇਦੋਂ ਬਿਹਤਰ ਆ ਵੀ ਉਹਨਾਂ ਦੇ ਨਾਲ ਹੀ ਤੁਰ ਪਓ, ਸਹੀ ਹੈ ਕਿ ਨਹੀਂ। ਆਪਣੀ ਫਸਲ ਤਾਂ ਨਹੀਂ ਨਾ ਖਰਾਬ ਕਰਨੀ, ਜਿਹਨੂੰ ਅੱਜ 6 ਮਹੀਨੇ, 4 ਮਹੀਨੇ, 5 ਮਹੀਨੇ ਹੋ ਗਏ ਪਾਲਦਿਆਂ ਨੂੰ। ਹੁਣ ਇੱਥੇ ਦੇਖੋ, ਜਦੋਂ ਉਹਨਾਂ ਨੇ ਸਟਾਰਟਿੰਗ ਕੀਤੀ ਦਿੱਲੀ, ਅਸੀਂ ਤਾਂ ਨਹੀਂ ਨੋਰਮਲ ਉੱਠ ਗਏ ਨਾ, 30-32 ਜਥੇਬੰਦੀਆਂ ਸਾਰੀਆਂ ਗਈਆਂ ਨਾ, ਸਾਰਿਆਂ ਨੇ ਉਹਨਾਂ ਨੇ ਸਾਥ ਦਿੱਤਾ। ਇੱਥੇ ਅਗਰਾਹਾਂ ਦਾ 2 ਸਾਲ ਤੋਂ ਉੱਪਰ ਰਿਹਾ ਇੱਥੇ ਆਪਣਾ ਧਰਨਾ, ਕਿਉਂ ਬਈ ਹੁਣ ਕਿੱਥੇ ਚੱਲੀਆਂ ਗਈਆਂ ਜਥੇਬੰਦੀਆਂ, ਠੀਕ ਹੈ ਕਿ ਨਹੀਂ। MSP 'ਤੇ ਆਪਾਂ ਨੂੰ ਗਰੰਟੀ ਨਹੀਂ ਮਿਲੀ ਸੀਗੀ, ਉੱਥੇ ਕਈ ਜਥੇਬੰਦੀਆਂ ਨੇ ਕਿਹਾ ਵੀ ਆਪਣਾ ਰੁਕਣ ਦਾ ਹੱਕ ਬਣਦਾ, 1 ਮਹੀਨਾ ਰੁਕ ਜਾਓ, ਆਪਣਾ ਕਾਨੂੰਨ ਬਣ ਜੂਗਾ, MSP 'ਤੇ ਗਰੰਟੀ ਮਿਲ ਜੂਗੀ। ਹੁਣ ਕਈ ਜਥੇਬੰਦੀਆਂ ਇੱਦਾਂ ਦੀ ਲਾਲਚ ਦੀਆਂ ਮਾਰੀਆਂ, ਆਪਾਂ ਕਿਹੜੀਆਂ ਜਥੇਬੰਦੀਆਂ ਤੁਸੀਂ ਆਪ ਹੀ ਦੇਖ ਲਓ, ਜਿਨ੍ਹਾਂ ਨੇ ਆਪਣੇ MLA ਜਾਂ ਵਗੈਰਾ ਦੀ ਆਪਣੀ ਚੋਣ ਦੀ ਲਈ ਆਪਣੇ ਜਿਵੇਂ ਰਾਜਿਆਂ ਰੱਖ ਲਓ, ਠੀਕ ਹੈ ਜੀ, ਉਹਨਾਂ ਨੂੰ ਆਪਣਾ ਇਹ ਹੋ ਗਿਆ ਵੀ ਅਸੀਂ ਆਪਦੀ ਪਾਰਟੀ ਖੜੀ ਕਰੀਏ, ਵੀ ਆਪਦੇ MLA ਬਣਾਈਏ, ਆਪਦੀ ਸਰਕਾਰ ਬਣਾਈਏ। ਜਥੇਬੰਦੀਆਂ ਲੋਕਾਂ ਨਾਲ ਹੁੰਦੀਆਂ, ਜਦੋਂ ਲੋਕਾਂ ਦੇ ਵੀ ਹਿੱਤ ਆ ਗਏ, ਲੋਕ ਤਾਂ ਇੱਥੇ ਆ ਕੇ ਖੜ ਗਏ, ਲੋਕ ਤਾਂ ਜਿੱਥੇ ਲੋਕ ਵਿਰੋਧ ਕਰ ਰਹੇ ਸੀ ਉੱਥੇ ਹੀ ਖੜ ਗਏ, ਲੋਕ ਆ ਕੇ ਲੋਕ ਇੱਥੇ ਆ ਕੇ ਖੜ ਕੇ ਮੰਨਦੇ, ਇੱਥੇ ਆ ਖੜ ਗਏ ਆ, ਇੱਥੇ ਆਏ ਖੜਨ ਤੋਂ ਪਹਿਲਾਂ ਜੇ ਧਰਨਾ ਚੱਕੇ ਨੂੰ ਹੁਣ ਕਿੰਨਾ ਟਾਈਮ ਹੋ ਗਿਆ ਤੁਹਾਨੂੰ ਪਤਾ ਨਾ, ਉੱਥੋਂ ਤੁਰਿਆ ਕੌਣ? ਜਥੇਬੰਦੀਆਂ, ਕਿਉਂਕਿ ਉੱਥੇ ਜਿਹੜੇ 1 ਸਾਲ ਤੋਂ ਡਟੇ ਹੋਏ ਸੀ ਉਹ ਜਥੇਬੰਦੀਆਂ ਦੇ ਨਾਲ ਤੁਰੇ ਆ, ਠੀਕ ਹੈ ਕਿ ਨਹੀਂ। ਹੁਣ ਇੱਥੇ ਧਰਨਾ ਰਿਹਾ ਅਗਰਾਹਾਂ ਦਾ, 1 ਸਾਲ ਤੋਂ ਉੱਪਰ ਰਿਹਾ, ਮੁੜ ਕੇ ਕਾਹਤੋਂ ਚੱਕਿਆ ਗਿਆ ਬਈ? ਲੋਕ ਸਾਥ ਨਹੀਂ ਦੇ ਰਹੇ ਸੀ, ਸਾਥ ਜਦੋਂ ਦਿੱਲੀ ਸਾਥ ਦੇ ਰਹੀ ਸੀ ਇੱਥੇ ਕਿਉਂ ਨਹੀਂ ਦੇ ਰਹੇ? ਸਾਰੇ ਦੇ ਰਹੇ ਆ ਸਾਥ, ਜਿਹੜੇ ਉਹਨਾਂ ਦੇ ਨਾਲ। ਕਾਰਨ ਕੀ ਸੀ ਫਿਰ? ਕਾਰਨ ਕੀ ਸੀ? ਕਾਰਨ ਹੁਣ ਉਹਨਾਂ ਨੂੰ ਪਤਾ ਨਾ ਕਾਰਨ ਕੀ ਸੀਗਾ, ਠੀਕ ਹੈ ਕਿ ਨਹੀਂ। ਅੱਗੇ ਚੱਲਦੇ ਹਾਂ ਆਪਾਂ, ਅੱਗੇ ਆ ਜਾਓ, ਅੱਗੇ ਹੋਰ ਵੀ ਟਰਾਲੀਆਂ ਜਿਹੜੀਆਂ ਵੱਡੀ ਗਿਣਤੀ, ਜਿਵੇਂ ਟਰੈਕਟਰ ਦਿੱਲੀ ਗਏ ਸੀ, ਮੈਂ ਕਹੂੰਗਾ ਥੋੜ੍ਹਾ ਸਪੀਡ ਨਾਲ ਆ ਜਾਓ ਗੁਰਮੀਤ, ਅੱਗੇ ਆ ਜਾਓ, ਦਿਖਾ ਦਿਓ ਟਰਾਲੀਆਂ, ਵੱਡੀ ਗਿਣਤੀ ਜਿਹੜਾ ਟਰੈਕਟਰ ਖੜੇ ਹੋਏ ਆ, ਅਤੇ ਕਿਸਾਨ ਜਿਹੜੇ ਨੇ ਆਏ ਹੋਏ ਨੇ ਇੱਥੇ ਡਗਰੂ ਫਾਰਮ 'ਚ ਆਏ ਹੋਏ ਨੇ, ਇੱਧਰ ਵੀ ਬਾਈ ਆਰ ਕੇ ਖੜੇ ਆ, ਗੱਲਬਾਤ ਕਰਦੇ ਇਹਨਾਂ ਦੇ ਨਾਲ। ਸਤਿ ਸ਼੍ਰੀ ਅਕਾਲ ਬਾਈ, ਠੀਕ ਠਾਕ ਹੋ? ਕਿੱਥੋਂ ਆਏ ਹੋ ਜੀ? ਖੋਸਾ ਪੰਡਤ। ਖੋਸਾ, ਜਿਸ ਤਰੀਕੇ ਦੇ ਨਾਲ ਵਿਰੋਧ ਹੋ ਰਿਹਾ ਸੀ ਪਹਿਲਾਂ ਅਡਾਨੀ ਗਰੁੱਪ ਦਾ, ਕਿਸਾਨਾਂ ਨੇ ਦਿੱਲੀ 'ਚ ਵੀ ਧਰਨਾ ਲਾਇਆ 3 ਖੇਤੀ ਕਾਨੂੰਨਾਂ ਦੇ ਖਿਲਾਫ, ਅਤੇ ਅੱਜ ਇੱਥੇ ਆ ਕੇ ਖੜੇ ਨੇ BJP ਵਾਲੇ, ਕਹਿ ਰਹੇ ਆ ਕਿ ਫਿਰ ਵਿਰੋਧ ਕਿਉਂ ਕੀਤਾ ਸੀ? ਲੋ ਜੀ, ਜਿਹੜੇ ਬੜੇ ਮੂਹਰੇ ਲੱਗੇ ਸੀ ਉਹ ਤਾਂ ਹੁਣ ਪਹਿਲਾਂ ਹਾਰ ਵੇਚ ਗਿਆ ਕਣਕਾਂ ਉਹਦੀ, ਜਿਵੇਂ ਵੇਚ ਗਿਆ ਜਿਹੜੇ, ਜਿਹਨੇ ਵੱਡੇ ਝੰਡੇ ਲਾ ਕੇ ਤੁਰੇ ਫਿਰਦੇ ਮੂਹਰੇ ਜੀ। ਕੌਣ? ਪਿੰਡਾਂ ਦੇ ਹੀ ਹੁੰਦੇ ਆ ਜੀ, ਸਾਡੇ ਪਿੰਡਾਂ ਦੇ ਜਿਹੜੇ ਮੋਤਵਾਰ ਮੂਹਰੇ ਸੀਗੇ, ਅਸੀਂ ਤਾਂ ਅਸੀਂ ਦਰਮਿਆਨੇ ਕਿਸਾਨ ਆ ਗਏ ਜੀ, ਸਾਡਾ ਤਾਂ ਫਿਰ ਮਗਰਾਉਣ ਚੱਲਣਾ ਹੀ ਪੈਣਾ ਜਿਵੇਂ ਉਹ ਚੱਲਣਗੇ ਮਗਰ। ਟਰੈਕਟਰਾਂ ਦੇ ਝੰਡੇ ਲੱਗੇ ਆ, ਵੇਚ ਰਹੇ ਆ ਕਣਕਾਂ। ਹਾਂਜੀ।
जो नाल फिर तुरना ही पिया लोगों के नाल। अगे आज कह रहे हैं कि विरोध तो किया पर कह रहे हैं कि जो बड़े वेच के कहें असी भी फिर वेचनिया सी आके नौजवान बैठे हुए आ झंडा लग्या इधर देख लो तुसी किरती किसान यूनियन का झंडा लग्या होया अगे आजो गुरमीत दिखा दिओ किरती किसान यूनियन का झंडा लग्या होया नौजवान बैठे हुए किवें हो ठीक हो। हाँ जी हाँ जी वधिया। किहड़ा पिंड खगराणा? ठीक है। कौन कौन आया पिंडों नाल? असीं तिन्ने ही। तिन्ने आए? तिन्ने ही आए। हाँ जी। घर दे होर? घर दे कहिंदे वी तुसी जा वड़ो। तुसी जा वड़ो है। ते लोग कह रहे आ कि किसानां ने पहलां इत्थे विरोध कीता अडानियां दा काले कानूनां दा अज उत्थे कणक वेच रहे आ। हुण साडा आपणा आपणा मकसद सी कानून रद्द करवाउणा हुण उहनां ने करते हुण किते दा अगले वी हैगे उहनां दी वी गलती आ। हुण आ जी मंडी 'च खज्जल खुआरी किन्नी हुंदी आ इत्थे आपां कणक सिद्धी लाउणी आ उत्थे वी बहना पैणा पैंदा रात नूं मच्छर लड़दा इत्थे कणक दो तिन्न घंटे ला के जा वड़ी दा। लोग कह रहे आ कि दिल्ली मच्छर नहीं सी लड़दा? दिल्ली लड़दा ही उत्थे वी हुण आपणा इन्ना टाइम उत्थे वी रहे आ ये ट्रैक्टर वी आपणा उत्थे गया सी ये उत्थे ये दो तीन गेड़े असीं दिल्ली दे लाए आ यही ट्रैक्टर इत्थों गया सी उहदे ट्राली अपनी घरे आ उहदा बस ये ते वधिया तैयार शहर हो के उत्थे गया सी हुण ही इहदा समान लाया कण सीजन करके। एक पासे दिल्ली जाके आए हो दूजे पासे जिहड़े किसान लीडर्स ने जगजीत सिंह डल्लेवाल कह रहे हैं कि सैलो च तां कणक ना वेचो किसानां नूं कह रहे ने जगजीत सिंह डल्लेवाल कह रहे ने दिल्ली गए सी तुसीं ओह किसान याद नहीं आउंदे जिहड़े शहीद हो गए? हुण आउंदे आ जी असीं वी की करिए हुण किधर जाइए हुण वी आपणे ओह जे सरकारां ओह जीआं वां हुण की करिए असीं वी की करिए जी हुण इत्थे आपां नूं कणक लाउणी पैणी आ जी हुण किथे मंडी किन्नी खज्जल खुआरी हुंदी आ हुण अगलिआं ने खोल्हे वी जां तां फिर आ के धरना दिओ इत्थे वी बंद करो इहनां दे उहनां ने तुहाडे झंडा लग्गिआ तुसीं नहीं दे रहे ਅਸੀਂ ਹੁਣ ਅਸੀਂ ਤਿੰਨ ਜਣੇ ਇਕੱਲੇ ਲੱਗਾਂਗੇ ਇੱਥੇ ਦੂਜੇ ਆ ਕੇ ਹੁਣ ਸਾਡੇ ਠੋਕਣਗੇ ਹੈ ਨਾ ਵੀ ਤੁਸੀਂ ਕਾਹਤੋਂ ਇਕੱਲੇ ਬੈਠੇ ਇੰਨੇ ਖੜ ਗਏ ਆਹ ਜਿਹੜੇ ਇੰਨੇ ਖੜੇ ਮਗਰ ਹੀ ਇਹ ਆ ਕੇ ਕਹਿਣਗੇ ਵੀ ਤੁਸੀਂ ਇਕੱਲੇ ਹੀ ਲੱਗੇ ਪਏ ਆ ਸਾਨੂੰ ਬੋਲਣਗੇ ਆ ਕੇ ਇਹੀ ਹੁਣ ਅਸੀਂ ਇਕੱਲੇ ਤਾਂ ਭੇੜੇ ਲੱਗਾਂ ਫਿਰ ਐਂ ਸਾਡੇ ਐਵੇਂ ਖੁੱਟ ਪੈ ਜੂਗੀ ਵਾਧੂ 'ਚ ਵੀ ਤੁਸੀਂ ਇਕੱਲੇ ਹੀ ਲੱਗੇ ਪਏ ਆ ਤਾਂ ਕਰ ਹੁਣ ਮੈਂ ਕਿਸੇ ਹੋਰ ਨੂੰ ਲੈ ਕੇ ਆਉਣਾ ਜੀ ਕਹਿੰਦਾ ਮੈਂ ਨਾਲ ਜਾਣਾ ਹੈਲੋ ਜੀ ਅੰਦਰ ਵੇਖ ਕੇ ਆਉਣਾ ਵੀ ਕਿਵੇਂ ਕੀ ਪ੍ਰੋਸੈਸ ਆ ਇਹ ਸਪੈਸ਼ਲ ਲੈ ਕੇ ਆਇਆ ਮੁੰਡੇ ਨੂੰ ਮੈਂ ਨਾਲ ਇਹਦੀ ਸਕੂਲ ਤੋਂ ਛੁੱਟੀ ਕਰਾਈ ਅੱਜ ਮੋਰਚੇ 'ਚ ਨਾਰੇ ਲਾਉਂਦੇ ਹੁੰਦੇ ਸੀਗੇ ਅਡਾਨੀਆਂ ਦੇ ਵਿਰੋਧ ਦੇ ਵਿੱਚ ਕਾਰਪੋਰੇਟਸ ਦੇ ਵਿਰੋਧ ਦੇ ਵਿੱਚ ਅੱਜ ਇੱਥੇ ਆਏ ਹੋ ਇੱਥੇ ਫਿਰ ਹੁਣ ਮੰਡੀ 'ਚ ਉੱਥੇ ਬਹਿਣਾ ਪੈਂਦਾ ਅਤੇ ਇੱਥੇ ਤਾਂ ਹੁਣ ਆਉਣਾ ਸੀ ਇਹ ਕਿਹੜਾ ਉਹਨਾਂ ਦੀ ਇਹ ਤਾਂ ਸਰਕਾਰ ਨੂੰ ਜਾਂਦੀ ਹੈ ਅਤੇ ਅਸੀਂ ਤਾਂ ਸਰਕਾਰ ਨੂੰ ਵੇਚਦੇ ਸੀ ਕਿਹੜਾ ਉਹਨਾਂ ਨੂੰ ਵੇਚਦੇ ਜਦੋਂ ਸਿੱਧੀ ਉਹਨਾਂ ਨੂੰ ਜਾਊਗੀ ਅਸੀਂ ਨਹੀਂ ਵੇਚਾਂਗੇ ਇਹ ਤਾਂ ਹੁਣ ਸਰਕਾਰ ਦੀ ਆ ਪਰ ਕਿਸਾਨ ਲੀਡਰ ਕਹਿ ਰਹੇ ਆ ਕਿ ਹੁਣ ਕਿਰਾਏ 'ਤੇ ਲਿਆ ਗਿਆ ਸੈਲੋ ਐਫ ਸੀ ਆਈ ਦੇ ਵੱਲੋਂ ਕਹਿੰਦੇ ਬਾਅਦ ਦੇ ਵਿੱਚ ਮੰਡੀਆਂ ਖਤਮ ਹੋ ਜਾਣਗੀਆਂ ਕਿਸਾਨ ਲੀਡਰ ਤਾਂ ਇਹ ਕਹਿ ਰਹੇ ਆ ਮੰਡੀਆਂ ਵਿੱਚੋਂ ਵੀ ਦੇਖੋ ਕਣਕ ਇੱਧਰ ਹੀ ਆਉਂਦੀ ਹੈ ਜੀ ਮੰਡੀਆਂ ਵਿੱਚੋਂ ਵੀ ਕਣਕ ਵੇਖ ਕੇ ਉੱਥੇ ਹੀ ਜਾਣੀ ਹੈ ਜਿੱਥੇ ਆ ਜਾਣੀ ਹੈ ਜੀ ਅਤੇ ਫਿਰ ਮੰਡੀਆਂ ਦਾ ਕੀ ਰੋਲ ਰਹਿ ਗਿਆ ਅਤੇ ਇਹ ਵੀ ਦੋਨੇ ਇੱਕੋ ਹੀ ਸਾਇਆ ਜਿਹੜੀ ਮੰਡੀ 'ਚੋਂ ਕਣਕ ਵਿਕੀ ਗਈ ਉਹ ਵੀ ਉੱਥੇ ਹੀ ਜਾਣੀ ਹੈ ਜਿਹੜੀ ਆ ਜਾਊਗੀ ਇਹ ਵੀ ਉੱਥੇ ਹੀ ਜਾਊਗੀ ਕਣਕ ਬੀਜੇਪੀ ਕਹਿ ਰਹੀ ਹੈ ਫਿਰ ਪਹਿਲਾਂ ਵਿਰੋਧ ਕਿਉਂ ਕੀਤਾ ਜਾ ਰਿਹਾ ਸੀ ਪਹਿਲਾਂ ਕਿਉਂ ਬੈਠੇ ਸੀ ਇੱਥੇ ਆ ਕੇ ਹੁਣ ਬੈਠੇ ਸੀ ਉਦੋਂ ਬਈ ਸਾਡੇ ਕਾਨੂੰਨ ਰੱਦ ਨਹੀਂ ਸੀ ਹੁਣ ਅਸੀਂ ਇੱਥੇ ਥੋੜ੍ਹੀ ਹੋਣਾ ਜੀ ਮੈਂ ਆਪਦੀ ਤੁਹਾਨੂੰ ਖੁਦ ਦੱਸਦਾ ਮੇਰੇ ਡੈਡੀ ਨੇ ਕਿਹਾ ਸੀ ਵੀ ਇੱਥੇ ਕੁਛ ਹੈ ਨਹੀਂ ਬਾਹਰ ਚਲਾਇਆ ਧਰਨੇ ਤੋਂ ਬਾਅਦ ਮੈਂ ਉਦੋਂ ਮੇਰਾ ਵੀਜ਼ਾ ਲੱਗ ਗਿਆ ਸੀ ਮੈਂ ਬਾਹਰ ਚੱਲਿਆ ਸੀ ਉਦੋਂ ਫਿਰ ਮੋਰਚੇ ਕਰਕੇ ਫਿਰ ਉਦੋਂ ਬਾਅਦ ਬਾਹਰ ਨਹੀਂ ਸੀ ਗਏ ਅਸੀਂ ਉਦੋਂ ਬਾਅਦ ਇੱਥੇ ਰਹਿ ਗਏ ਫਿਰ ਅਸੀਂ ਝੰਡਾ ਲੱਗਿਆ ਹੋਇਆ ਦੇਖ ਸਕਦੇ ਹੋ ਤੁਸੀਂ ਅਤੇ ਆ ਸਟੀਕਰ ਲਾਏ ਜਾ ਰਹੇ ਆ ਟਰਾਲੀਆਂ ਦੇ ਉੱਤੇ ਕੀ ਪ੍ਰੋਸੈਸ ਕੀ ਆ ਬਾਈ ਦੱਸੋਗੇ ਮਾੜਾ ਜਿਹਾ ਨਹੀਂ ਭਰਾ ਨਹੀਂ ਕੀ ਪ੍ਰੋਸੈਸ ਕੀ ਆ ਤਾਂ ਦੇਖ ਲਓ ਤੁਸੀਂ ਜਿਹੜਾ ਸਟੀਕਰ ਲਾਏ ਜਾ ਰਹੇ ਆ ਪਹਿਲਾਂ ਵੀ ਇੱਕ ਲੱਗਾ ਸਟੀਕਰ 391 ਨੰਬਰ ਬਾਈ ਨੂੰ ਪੁੱਛਦੇ ਹਾਂ ਆਪਾਂ ਕਿਵੇਂ ਕੀ ਪ੍ਰੋਸੈਸ ਆ ਇੱਧਰ ਝੰਡਾ ਵੀ ਲੱਗਿਆ ਹੋਇਆ ਕਿਰਤੀ ਕਿਸਾਨ ਯੂਨੀਅਨ ਦਾ ਇਹ ਸਟੀਕਰ ਕਿਉਂ ਲਾਉਂਦੇ ਆ ਇਸ ਨੰਬਰ ਹੁੰਦੇ ਜੀ ਸਵੇਰ ਤੋਂ ਜਿੰਨੇ ਟਰੈਕਟਰ ਆਏ ਆ ਜੀ ਉਹਨਾਂ ਦੇ ਸਾਰੇ ਇੱਕ ਇੱਕ ਨੰਬਰ ਲਾਉਂਦੇ ਆ ਅੱਛਾ ਇਹ ਇੱਕ ਤੋਂ ਸ਼ੁਰੂ ਹੋ ਜਾਂਦੇ ਆ ਹਾਂਜੀ ਸਵੇਰ ਜਿੰਨਾ ਟਰੈਕਟਰ ਆ ਗਈ ਉਹ ਇੱਕ ਤੋਂ ਸ਼ੁਰੂ ਹੋ ਗਿਆ ਹੁਣ ਸਾਡਾ 300 ਜਿੰਨਾ ਨੰਬਰ ਹੈ ਮੇਵੀ 393 ਨੰਬਰ ਆ ਹਾਂਜੀ ਇਹ ਸਾਡਾ ਸਵੇਰ ਤੋਂ 393 ਨੰਬਰ ਤੇ ਟਰੈਕਟਰ 93 ਟਰੈਕਟਰ ਆ ਗਏ ਤੜਕੇ ਦੇ ਹਾਂਜੀ ਆ ਗਏ ਤਾਂ ਵੱਡੀ ਗਿਣਤੀ 'ਚ ਜਿਹੜਾ ਆ ਟਰੈਕਟਰ ਆ ਰਹੇ ਆ ਤਾਂ ਲੋਕ ਜਿਹੜੇ ਨੇ ਵੱਖ ਵੱਖ ਰੈਫਰੈਂਸ ਦਿੰਦੇ ਨਜ਼ਰ ਆ ਰਹੇ ਨੇ ਵੱਖ ਵੱਖ ਰਹਿਆਂ ਨੇ ਸਤਿ ਸ਼੍ਰੀ ਅਕਾਲ ਜੀ ਠੀਕ ਠਾਕ ਹੋ ਕਿਹੜਾ ਪਿੰਡ ਆ ਲੌਂਗੋ ਦੇ ਬਾਈ ਜੀ ਇੱਥੇ ਕਦੇ ਵਿਰੋਧ ਕੀਤਾ ਸੀ ਅਡਾਨੀਆਂ ਦਾ ਅੱਜ ਇੱਥੇ ਆ ਰਹੇ ਹੋ ਹੁਣ ਜਾਣਾ ਹੋਰ ਕਿੱਥੇ ਅਸੀਂ ਮੰਡੀਆਂ 'ਚ ਨਹੀਂ ਜਾਣਾ ਕਿਸਾਨ ਲੀਡਰ ਕਹਿੰਦੇ ਆ ਮੰਡੀਆਂ 'ਚ ਚਲੇ ਜਾਓ ਇੱਥੇ ਕਿਉਂ ਆ ਰਹੇ ਹੋ ਨਹੀਂ ਮੰਡੀ ਨੂੰ ਸਾਨੂੰ ਵਧੀਆ ਇੱਥੇ ਇੱਥੇ ਵਧੀਆ ਕੀ ਵਧੀਆ ਇੱਥੇ ਐਂ ਚੁੱਕ ਜਾਣੀ ਆ ਕੋਈ ਚਾਣ ਨਹੀਂ ਗਵਾੜਤੀ ਦੀ ਨਹੀਂਗਾ ਇੱਧਰ ਬਾਈ ਕੋਲੇ ਜਾਂਦੇ ਕੀ ਵਾਲਾ ਬਾਈ ਠੀਕ ਠਾਕ ਹੋ ਕਿਹੜਾ ਪਿੰਡ ਬਾਈ ਦਾ ਸਨੇਰ ਜੀ ਸਨੇਰ ਕਿਸਾਨ ਲੀਡਰ ਕਹਿੰਦੇ ਤੁਸੀਂ ਸੈਲੋ 'ਚ ਆ ਰਹੇ ਹੋ ਕਣਕ ਵੇਚਣ ਮੰਡੀਆਂ 'ਚ ਕਿਉਂ ਨਹੀਂ ਜਾ ਰਹੇ ਬਈਏ ਨਹੀਂ ਆਏ ਯਾਰ ਮੰਡੀ 'ਚ ਲੇਬਰ ਹੈ ਨਹੀਂ ਸਾਡੇ ਪਿੰਡ ਤਾਂ ਹੈਗੀ ਆ ਮੈਂ ਵੀ ਆਇਆ ਹੁਣੇ ਪਿੰਡੋਂ ਹੀ ਆਇਆ ਮੈਂ ਨਹੀਂ ਸਾਡੇ ਮੰਡੀ ਆਪਦੀ ਆੜਤ ਆਪਣੀ ਅਤੇ ਉਹ ਲੇਬਰ ਆ ਜੇ 10 ਤਰੀਕ 11 ਕੱਲ੍ਹ ਨੂੰ ਆਉਣੀ ਪਰਸੋਂ ਉਹ ਆਉਂਦੇ ਤੁਸੀਂ ਫਿਰ ਇੱਧਰ ਲੈ ਜਾਓ
ਇਹਨਾਂ ਦਾ ਤਾਂ ਕਹਿੰਦੇ ਵਿਰੋਧ ਕੀਤਾ ਸੀ ਕਿਸਾਨਾਂ ਨੇ, ਕੀ ਹੋ ਗਿਆ ਹੁਣ? ਉਹ ਆਉਂਦੇ ਯਾਰ ਚੱਲੀ ਜਾਂਦਾ ਸੀ, ਵਿਰੋਧ ਕਿਉਂ ਕੀਤਾ ਸੀ ਫਿਰ? ਉਹ ਸਰਕਾਰ ਦੇ ਨਾਲ ਸੀ ਨਾ ਉਦੋਂ, ਨਹੀਂ ਅਡਾਨੀਆਂ ਦੇ ਨਾਲ ਨਹੀਂ ਸੀ ਜਦੋਂ ਮੁਰਦਾਬਾਦ ਦੇ ਨਾਰੇ ਲਾਉਂਦੇ ਸੀ, ਅੱਜ ਕੀ ਹੋ ਗਿਆ? ਉਹ ਇਹ ਸੌਖਾ ਇੱਥੇ ਯਾਰ, ਦਿੱਲੀ ਨਾਲੋਂ ਸੌਖਾ, ਦਿੱਲੀ ਕਹਿੰਦੇ ਕਿਸਾਨ ਸ਼ਹੀਦ ਹੋ ਗਏ। ਬਸ ਠੀਕ ਹੀ ਆ, ਜਵਾਬ ਜਿਹੜਾ ਨਹੀਂ ਦੇ ਰਹੇ, ਜਵਾਬ ਨਹੀਂ ਦਿੱਤੇ ਜਾ ਰਹੇ ਬਾਈ ਵਰਗਿਆਂ ਤੋਂ। ਇੱਧਰ ਵੀ ਅੰਕਲ ਕੋਲੇ ਚੱਲਦੇ ਹਾਂ। ਸਤਿ ਸ਼੍ਰੀ ਅਕਾਲ ਜੀ, ਠੀਕ ਠਾਕ ਹੋ? ਕਿਹੜਾ ਪਿੰਡ ਆ? ਸੁਨੇਰ ਜੀ। ਸੁਨੇਰ, ਹਾਂਜੀ। ਕਿਸਾਨ ਲੀਡਰ ਕਹਿ ਰਹੇ ਆ ਕਿ ਜਿਨ੍ਹਾਂ ਦਾ ਵਿਰੋਧ ਕੀਤਾ ਸੀ ਅੱਜ ਉਹਨਾਂ ਨੂੰ ਹੀ ਕਣਕ ਵੇਚ ਰਹੇ ਹੋ। ਅਤੇ ਕਿਸਾਨ ਲੀਡਰ ਟਿਕਟਾਂ ਲੈ ਕੇ ਬਹਿ ਗਏ, ਉਹਨਾਂ ਨੂੰ ਨਹੀਂ ਪਤਾ ਸੀ? ਅਤੇ ਜਦੋਂ ਉਹਨਾਂ ਨੇ ਟਿਕਟਾਂ ਲੈ ਲਈਆਂ ਤਾਂ ਹੁਣ ਜ਼ਿਮੀਂਦਾਰ ਕਿੱਧਰ ਨੂੰ ਜਾਣ? ਦੱਸੋ, ਉਹਨਾਂ ਦਾ ਧੰਨਵਾਦ ਕਰਨਾ ਚਾਹੁੰਦੇ ਜਿਹੜੇ ਬੰਦੇ ਨੇ ਨਹੀਂ ਲਈਆਂ। ਅੱਗੇ ਚੱਲਦੇ ਹਾਂ ਬਾਈ ਕੋਲ, ਇੱਧਰ ਆ ਜਾਓ। ਠੀਕ ਠਾਕ ਹੋ? ਵਧੀਆ ਜੀ। ਕਿਸਾਨ ਲੀਡਰ ਕਹਿੰਦੇ ਕਿ ਦਿੱਲੀ ਨੂੰ ਟਰਾਲੀਆਂ ਸਿੱਧੀਆਂ ਕੀਤੀਆਂ ਸੀ, ਅੱਜ ਇੱਧਰ ਕਰਤੀਆਂ, ਕੀ ਗੱਲ? ਭਰਾਵਾ ਕੀ ਕਰੀਏ ਫਿਰ, ਹੁਣ ਕਿਸਾਨ ਲੀਡਰ ਕਿਹੜਾ ਚੰਗੇ ਸੀਗੇ? ਤਾਂ ਹੁਣ ਤੱਕ ਜਿਹੜਾ 302 'ਤੇ ਟਰਾਲੀਆਂ ਆ ਗਈਆਂ ਨੇ, ਦੇਖ ਸਕਦੇ ਹੋ ਤਸਵੀਰਾਂ ਤੁਸੀਂ, ਇੱਧਰ ਵੱਡੀ ਗਿਣਤੀ 'ਚ ਕਿਸਾਨ ਪਹੁੰਚੇ ਹੋਏ ਆ, ਵੱਡੀ ਗਿਣਤੀ 'ਚ ਕਿਸਾਨ ਆਏ ਹੋਏ ਆ, ਗੱਲਬਾਤ ਇਹਨਾਂ ਦੇ ਨਾਲ ਕਰਦੇ ਹਾਂ। ਕੀ ਹਾਲ ਆ ਬਾਈ? ਠੀਕ ਠਾਕ ਹੋ? ਵਧੀਆ ਜੀ। ਕਿਹੜਾ ਪਿੰਡ ਆ? ਖੋਸਾ ਕੋਟਲਾ। ਕਈ ਕਹਿ ਰਹੇ ਆ ਕਿ ਜਿਨ੍ਹਾਂ ਦਾ ਵਿਰੋਧ ਕੀਤਾ ਸੀ ਉਹਨਾਂ ਨੂੰ ਅੱਜ ਕਣਕ ਵੇਚਣ ਆ ਗਏ, ਮੰਡੀਆਂ 'ਚ ਕਿਉਂ ਨਹੀਂ ਗਏ? ਨਹੀਂ ਨਹੀਂ, ਉਹਨਾਂ ਨੂੰ ਤਾਂ ਨਹੀਂ ਵੇਚਦੇ, ਇਹ ਤਾਂ FCI ਦੀ ਖਰੀਦੀ ਆ, ਉਹਨਾਂ ਦਾ ਕਿਰਾਏ 'ਤੇ ਲਿਆ। ਵਿਰੋਧ ਕਿਉਂ ਕੀਤਾ ਸੀ? ਕਹਿੰਦੇ ਇੱਥੇ ਹੀ ਧਰਨਾ ਲੱਗਿਆ ਸੀ। ਧਰਨਾ ਲੱਗਿਆ ਸੀ ਉਦੋਂ, ਲਾਇਆ ਸੀਗਾ ਉਹਨਾਂ ਦੀ ਖਾਤਰ ਹੀ, ਅਡਾਨੀਆਂ ਦੀ ਖਾਤਰ। ਅਤੇ ਫਿਰ ਅੱਜ ਕੀ ਹੋ ਗਿਆ? ਅੱਜ ਉਹ ਆੜਤਕੇ ਲਵਾਉਂਦੇ ਆ, ਅਸੀਂ ਕਿਹੜਾ ਆਪ ਲਾਉਂਦੇ ਹਾਂ, ਆੜਤੀਆਂ ਦੇ ਥਰੂ ਹੀ ਲੈਂਦੇ ਆ। ਉਹ ਤਾਂ ਆੜਤੀਆਂ ਨੇ ਵੀ ਕੀਤਾ ਸੀ, ਆੜਤੀ ਐਸੋਸੀਏਸ਼ਨਸ ਨੇ ਵੀ ਕੀਤਾ ਸੀ। ਹੁਣ FCI ਆ, ਮੰਡੀਆਂ 'ਚ ਬਾਰਦਾਨਾ ਨਹੀਂ ਦਿੰਦੀ, ਅਤੇ ਫਿਰ ਇੱਥੇ ਹੀ ਲਿਆਉਣੀ ਪੈਣੀ। ਮੰਡੀਆਂ 'ਚ ਵਿਕ ਰਹੀ ਆ ਕਣਕ? ਨਹੀਂ ਵਿਕਦੀ, ਸਾਡੇ ਵਿਕ ਰਹੀ ਆ, ਹੋਰ ਕਈ ਪਿੰਡਾਂ 'ਚ ਵਿਕ ਰਹੀ ਆ, ਮੋਗੇ ਵਿਕ ਰਹੀ ਆ। ਕਿਹੜਾ ਪਿੰਡ? ਕੋਟਕਪੂਰਾ। ਮੋਗੇ ਵੀ ਵਿਕ ਰਹੀ ਆ? ਨਹੀਂ ਵਿਕੀ, ਚਾਰ ਦਿਨ ਹੋ ਗਏ ਬੈਠਿਆਂ ਨੂੰ। ਹਾਂ, ਕਹਿੰਦੇ ਸਾਰਿਆਂ ਦੇ ਨਾਲ ਹੀ ਹਾਂ। ਇੱਧਰ ਵੀ ਚੱਲਦੇ ਇੱਕ ਨੌਜਵਾਨ ਕੋਲੇ। ਕੀ ਹਾਲ ਆ ਬਾਈ? ਠੀਕ ਠਾਕ ਹੋ? ਕਿਹੜਾ ਪਿੰਡ ਆ? ਦੰਨੇਕੇ ਨਾਲ ਹੀ ਪਿੰਡ ਆ। ਲੋਕ ਕਹਿ ਰਹੇ ਆ ਕਿ ਜਿਨ੍ਹਾਂ ਦਾ ਵਿਰੋਧ ਕੀਤਾ ਸੀ ਕਿਸਾਨਾਂ ਨੇ, ਇੰਨਾ ਟਾਈਮ ਧਰਨਾ ਲਾਈ ਰੱਖਿਆ, NRIs ਨੇ ਫੰਡ ਭੇਜੇ, ਅੱਜ ਉਹਨਾਂ ਨੂੰ ਹੀ ਕਣਕ ਵੇਚ ਰਹੇ ਹੋ? ਨਹੀਂ, ਗੱਲ ਤਾਂ ਮਤਲਬ ਬਿਲਕੁਲ ਸਹੀ ਆ ਇਹ, ਹੈ ਨਾ, ਪਰ ਗੱਲ ਇਹ ਵੀ ਆ ਵੀ ਮੈਂ ਮੰਨ ਲਓ ਵੀ ਹੁਣ ਆਪਾਂ ਕਣਕ ਮੰਡੀ ਵੀ ਲੈ ਕੇ ਜਾਂਦੇ ਹਾਂ, ਜਿਹੜੀ ਮੰਡੀ ਤੋਂ ਕਣਕ ਆ ਉਹ ਸਾਰੀ ਉੱਥੋਂ ਇੱਧਰ ਹੀ ਆਉਂਦੀ ਆ, ਹੈ ਨਾ। ਆਪਾਂ ਮਤਲਬ ਮੰਡੀ ਲੈ ਕੇ ਜਾਂਦੇ ਹਾਂ ਕਣਕ, ਉੱਥੇ ਜਾ ਕੇ ਆਪਣਾ ਸਫਾਈ ਤਲਾਈ ਸਾਰਾ ਕੁਛ ਪੈ ਕੇ ਉਹ ਵੀ ਇੱਥੇ ਆਉਣਾ, ਉਹੀ ਪੈਸੇ ਕੱਟੇ ਜਾਣੇ ਆ, ਅਤੇ ਚਲੋ ਉਹਨਾਂ ਨੇ ਇੱਥੇ ਲੈ ਕੇ ਆਉਣੇ, ਆਪਾਂ ਸਿੱਧੀ ਵੇਚ ਦਿੰਦੇ ਹਾਂ, ਠੀਕ ਹੈ ਨਾ। ਗੱਲ ਗਲਤ ਦੇ ਨਾਲ ਗਲਤ ਆ, ਜਦੋਂ ਇਹ ਗਲਤ ਹੋਣਗੇ ਆਪਾਂ ਵਿਰੋਧ ਆ, ਸ਼ਰੇਆਮ ਵਿਰੋਧ ਆ। ਹੁਣ ਬਾਕੀ ਜਿੱਦਾਂ ਪਹਿਲਾਂ ਸਿਸਟਮ ਚੱਲੀ ਜਾਂਦਾ ਸੀ ਉੱਦਾਂ ਹੀ ਆ ਮੇਰੇ ਹਿਸਾਬ ਨਾਲ, ਵੀ ਹੋਰ ਕੋਈ ਇੱਡਾ ਕੋਈ ਹੈ ਨਹੀਂ ਗਾ। ਬਸ ਕਿਸਾਨ ਯਾਦ ਨਹੀਂ ਆਉਂਦੇ, ਕਹਿੰਦੇ ਜਿਹੜੇ ਸ਼ਹੀਦ ਕਿਸਾਨ ਹੋਏ ਯਾਦ ਨਹੀਂ ਆਉਂਦੇ। ਨਹੀਂ, ਉਹ ਤਾਂ ਗੱਲ ਯਾਰ ਜਿਹੜੀ ਦਿਲ 'ਚ ਹੈਗੀ ਸਾਡੇ ਔਲਵੇਜ ਰਹੂਗੀ, ਜਿਹੜਾ ਕੁਛ ਵੀ ਉੱਥੇ ਹੈਪਨ ਹੋਇਆ, ਹੈ ਨਾ, ਅਤੇ ਉਹ ਇਤਿਹਾਸ ਹੀ ਆ ਇੱਕ, ਹੈ ਨਾ, ਉਹਨੂੰ ਆਪਾਂ ਨਾ ਹੀ ਭੁੱਲ ਵੀ ਨਹੀਂ ਸਕਦੇ, ਕਦੇ ਕੋਈ ਵੀ ਨਹੀਂ ਭੁੱਲ ਸਕਦਾ ਜਿਹੜਾ ਬੰਦਾ ਉਸ ਚੀਜ਼ ਨਾਲ ਜੁੜਿਆ ਸੀਗਾ। ਅਤੇ ਮਤਲਬ ਜਿਵੇਂ ਕਿ ਹਰੇਕ ਬੰਦੇ ਦੀ ਆਪਦੀ ਸੋਚ ਨਹੀਂ ਕਰਨੀ ਆ, ਮੇਰਾ ਤਾਂ ਮਤਲਬ ਪੁਆਇੰਟ ਆਫ ਵਿਊ ਇਹੀ ਆ ਵੀ ਮੰਡੀ ਤੋਂ ਕਣਕ ਲੈ ਕੇ ਜਾਵਾਂਗੇ, ਕਰਾਂਗੇ, ਉਹਨਾਂ ਨੇ ਇੱਥੇ ਲੈ ਕੇ ਆਉਣੀ ਆ, ਉਹੀ ਆਪਾਂ ਨੂੰ ਉੱਧਰਲਾ ਸਫਾਈ ਆ, ਜਿਵੇਂ ਕਿ ਤਲਾਈ ਆਪਾਂ ਨੂੰ ਪੈ ਕੇ ਲੱਗਣੀ ਹੈ, ਖਰਚਾ ਪੈਣਾ, ਉਹੀ ਆਪਾਂ ਸਿੱਧਾ ਲੈ ਕੇ ਆ ਗਏ ਹਾਂ। ਬਸ ਇਹੀ ਆ ਵੀ ਮਤਲਬ ਗਲਤ ਨਾਲ ਗਲਤ ਆ, ਜੇ ਗੱਲ ਨੂੰ ਗਲਤ ਹੋਣਗੇ ਆਪਾਂ ਫਿਰ ਗਲਤ ਹੀ। ਮੋਰਚੇ 'ਚ ਲਿਖਿਆ ਹੁੰਦਾ ਸੀ ਅਡਾਨੀ, ਲਿਖਿਆ ਹੁੰਦਾ ਸੀ ਥੱਲੇ, ਜਿਹੜਾ ਆ ਫੋਟੋਜ਼ ਇੱਦਾਂ ਦੀਆਂ ਲੱਗੀਆਂ ਹੁੰਦੀਆਂ ਸੀਗੀਆਂ, ਆਪ ਸ਼ਬਦ ਲਿਖੇ ਹੁੰਦੇ ਸੀਗੇ, ਅਤੇ ਜਦੋਂ ਇੱਥੇ ਲਿਖਿਆ ਪੜ੍ਹਦੇ ਹੋ ਅਡਾਨੀ, ਫਿਰ ਕੀ ਫੀਲ ਹੁੰਦਾ? ਨਹੀਂ, ਇਹ ਤਾਂ ਹੈ ਯਾਰ, ਜਿਹੜੀ ਗੱਲ ਹੈਗੀ ਵੀ ਇੱਥੇ ਵੀ ਸਾਡੇ ਮਤਲਬ ਸਾਲ ਨੂੰ ਧਰਨਾ ਲੱਗਾ ਰਿਹਾ, ਮਤਲਬ ਸਾਡੇ ਖੁਦ ਪਿੰਡ ਦੇ ਲੋਕਾਂ ਨੇ, ਅਸੀਂ ਵੀ ਸਾਰੇ ਮਤਲਬ ਅਸੀਂ ਧਰਨੇ 'ਤੇ ਵੀ ਸੀਗੇ, ਅਸੀਂ ਤਾਂ ਬੰਦ ਕਰੀ ਰੱਖਿਆ ਸਾਰਾ ਕੁਛ, ਹੈ ਨਾ, ਵੀ ਉਹ ਗੱਲ ਮੇਰੇ ਹਿਸਾਬ ਨਾਲ ਯਾਰ ਸਿਸਟਮ ਜਿਸ ਹਿਸਾਬ ਨਾਲ ਦੇਖੀਏ ਵੀ ਜਦੋਂ ਗਲਤ ਸੀਗੇ ਚੀਜ਼, ਜਿਵੇਂ ਇਹ ਆਪਣੇ ਐਂਟੀ ਸੀਗੇ, ਮੰਨ ਲਓ ਵੀ ਅੱਜ ਆਪਾਂ ਜੇ ਯਾਰ ਫਿਰ MSP ਦਾ ਰੌਲਾ ਪੈਂਦਾ ਜਾਂ ਕੋਈ ਹੋਰ ਗੱਲ ਹੁੰਦੀ ਆ, ਫਿਰ ਆਪਾਂ ਫਿਰ ਵਿਰੋਧ ਹੀ ਆ ਇਹਨਾਂ ਦੇ, ਇਹ 'ਚ ਤਾਂ ਕੋਈ ਗੱਲ ਹੈ ਹੀ ਨਹੀਂ ਗੀ। ਬਾਕੀ ਜੇ ਗੱਲ ਇਹ ਹੈ ਨਾ ਕਿ ਗੌਰਮੈਂਟ ਉਹ ਹੀ ਸਿੱਧਾ ਮਤਲਬ ਲਿਖਤੀ ਤੌਰ 'ਤੇ ਬਾਈਕਾਟ ਹੋਣਾ ਚਾਹੀਦਾ ਚੀਜ਼ ਦਾ, ਵੀ ਕਣਕ ਮੰਡੀ ਦੀ ਕਿਸੇ ਵੀ ਕਣਕ ਵਿਕੀ ਇੱਥੇ ਨਾ ਆਵੇ, ਹੈ ਨਾ। ਜਦੋਂ ਮੰਡੀਆਂ ਤੋਂ ਵੇਖ ਕੇ ਕਣਕ ਇੱਥੇ ਆ ਰਹੀ ਆ, ਅਤੇ ਫਿਰ ਆਪਾਂ ਸਿੱਧਾ ਇੱਥੇ ਲਈ ਜਾਂਦੇ, ਫਿਰ ਗੱਲ ਤਾਂ ਸੇਮ ਹੀ ਆ ਨਾ। ਇੱਧਰ ਬਜ਼ੁਰਗ ਵੀ ਆ ਗਏ ਇਹਨਾਂ ਨਾਲ ਵੀ ਗੱਲ ਕਰਦੇ। ਸਤਿ ਸ਼੍ਰੀ ਅਕਾਲ ਬਾਪੂ ਜੀ, ਕਿੱਥੋਂ ਆਏ ਹੋ? ਲੰਘਿਆਣਾ ਨਵਾਂ ਜੀ। ਲੰਘਿਆਣਾ ਨਵਾਂ, ਅਤੇ ਕਿਸਾਨ ਕਹਿ ਰਹੇ ਆ ਕਿ ਇਹਨਾਂ ਦਾ ਹੀ ਵਿਰੋਧ ਕੀਤਾ ਸੀ, ਇੱਥੇ ਧਰਨਾ ਲੱਗਿਆ ਰਿਹਾ ਅਡਾਨੀਆਂ ਦੇ ਖਿਲਾਫ, ਅੱਜ ਇੱਥੇ ਹੀ ਆ ਗਏ ਕਣਕ ਵੇਚਣ। ਵਿਰੋਧ ਤਾਂ ਕੀਤਾ ਸੀ, ਪਰ ਜਦ ਆਪਣਾ ਜਿਹੜਾ ਸੀ 3 ਕਾਨੂੰਨ ਵਾਪਸ ਲੈ ਗਿਆ, ਆਪਾਂ ਜ਼ੋਰ ਨਾਲ ਲੈ ਗਿਆ ਅਡਾਨੀਆਂ, ਫਿਰ ਹੀ ਜੇ ਇਸੇ ਹੈ ਸੁੱਖ ਵੀ ਇੱਥੇ ਬਹੁਤ ਆਈ, ਸੌ ਕਰਕੇ ਤਾਂ ਇੱਥੇ ਆਏ ਜੀ। ਕਹਿੰਦੇ ਕਾਰਪੋਰੇਟਸ ਦਾ ਵੀ ਵਿਰੋਧ ਕੀਤਾ ਸੀ ਉਦੋਂ ਤਾਂ?
बाकी पिंड सारे पिंड सारे पांच सात पिंड बाले आते बाकी दूर आले घट आते थोड़े जिहे किसान लीडर कई कहते कहते किसान याद नहीं आते कहते जो शहीद हो गए आते तो है जी हम करिए दस आज तो फसल भी संभालनी पैंती टाइम तो ही हूँ करिए हम फसल जी बीजी जी संभालनी पैंती है वो है तो बहुत दुख तो बहुत जैसे कुदरती उसे शहीद हो गए जे सिंध तो हम करिए इतने जानी फसल तो संभालनी हैगी आपकी इतने भी धरना लग्या रहा इतने भी आस पास के पिंड बैठे रहे अभी भी आने रहे इतने कवर कर हाँ ये बहुत लगे रहा इतने इधर मिसाल ही रहे 11 महीने जाना दिल्ली धरना लगा रहा उन्होंने इतने लगा रहा हाँ जी बहुत विरोध किया इन्हों का जी उदों जानी सही नहीं तो हम सही चलो बेची हम लोग सारे बेचते हैं जी सौ भी है जी हाँ ए करके ठीक है जी तो पिछे दिखा दो एक बार गुरमीत मैं जाऊँगा ट्रालियां वड्डी गिणती जिहड़ियां खड़ियां होईयां ने वड्डी गिणती च किसान जिहड़े ने हुण तक जिहड़ियां सवेर दियां 300 तों वध जिहड़ियां ट्रालियां आ गईयां ने देख सकते हो तुसीं मेरे पिछे वड्डी जिहड़ी लाइन लगी हुई है इधर दिखा दिओ एक पासे रोड चल रहा नैशनल हाईवे दे उत्ते दोवें पासे ट्रालियां खड़ियां परली साइड भी खड़ियां परले पासे भी आपां चलदे आं इधर दिखा दिओ एक वारी ये जिहड़ियां ट्रालियां खड़ियां होईयां ने अगे चल के दिखा दिओ अगे जाके दिखा दिओ वड्डी गिणती च किसान जो ने पहुंचे हुए ने डगरू जिहड़ा अडानियां दा सैलो आ अडानियां दा फार्म आ उत्थे पहुंचे हुए ने किसान ते इदां लाइनां दे विच जिहड़ा ट्रालियां खड़ियां होईयां ने लाइनां दे विच लगियां होईयां ने ट्रालियां ते कह रहे ने मंडियां दे विच खज्जल खुआरी आ मंडियां दे विच सानू लेबर नहीं मिल रही इस करके असीं इत्थे आ रहे हां कई किसान आगूआं दे उत्ते भी सवाल खड़े कर रहे ने कहिंदे ने कि किसान आगूआं ने तां टिकटां लै लईआं असीं की करिए कहिंदे विरोध कीता सी पर विरोध जिहड़ा कीता गिआ सी ਉਹ ਕਾਲੇ ਕਾਨੂੰਨਾਂ ਖਿਲਾਫ ਸੀ ਕਹਿੰਦੇ ਸੁੱਖ ਹੈ ਇਸ ਕਰਕੇ ਅਸੀਂ ਇੱਥੇ ਆ ਰਹੇ ਹਾਂ ਆਪੋ ਆਪਣੀ ਰਾਏ ਰੱਖ ਰਹੇ ਨੇ ਕਿਸਾਨ ਕੈਮਰਾਮੈਨ ਗੁਰਮੀਤ ਦੇ ਨਾਲ ਮੈਂ ਸਿਮਰਨਜੀਤ ਸਿੰਘ ਪ੍ਰੋ ਪੰਜਾਬ ਟੀਵੀ ਡਗਰੂ ਮੋਗਾ